ਤਾਂ ਪਰਚਿਆਂ ਦੀ ਕੋਈ ਚਿੰਤਾ ਨਹੀਂ, ਜਿੰਨੇ ਮਰਜ਼ੀ ਪਰਚੇ ਹੋ ਜਾਣ, ਮੈਨੂੰ ਖੁਸ਼ੀ ਹੈ ਵੀ ਮੈਂ ਉਹ ਬੰਨ ਵੱਢਿਆ, ਮਨੋ ਸੰਤੁਸ਼ਟੀ। ਦਰਿਆ ਚੋਂ ਰੇਤਾ ਕੱਢ ਕੇ ਆਪ ਬੰਨ ਬਣਾਈ ਜਾਂਦੇ ਆ, ਜਿੱਥੇ ਵੀ ਸਰਕਾਰ ਨੂੰ ਦੱਸਣ ਵਾਲਾ ਸਾਡੀ ਆਦਤ ਹੀ ਨਹੀਂ ਹੈਗੀ ਬਾਲੀ ਦੱਸਣ ਵਾਲੀ, ਜਿਹੜੀ ਚੀਜ਼ ਮੰਚ ਆ ਜਾਊ ਅਸੀਂ ਫਿਰ ਕਰਕੇ ਦਿਖਾ ਦਿੰਦੀ ਆ ਬਾਲਾ। ਮੈਂ ਤਾਂ ਅੱਜ ਤੱਕ ਇੱਦਾਂ ਦਾ ਲੀਡਰ ਦੇਖਿਆ ਹੀ ਨਹੀਂ ਜਿੱਦਾਂ ਦਾ ਸਾਨੂੰ ਹੁਣ ਮਿਲਿਆ ਲੀਡਰ ਜੀ, ਅੱਗੇ ਤੇ ਇੱਦਾਂ ਦਾ ਲੀਡਰ ਮਿਲਿਆ ਹੀ ਨਹੀਂ ਸਾਨੂੰ ਕੋਈ ਵੀ। ਸਾਰੇ ਲੀਡਰਾਂ ਨੇ ਆ ਕੇ ਸਾਨੂੰ ਲਾਰਿਆ ਨਾ ਮਾਰਿਆ, ਇੱਕੋ ਇੱਕ ਰਾਣਾ ਜੀ ਇਹੋ ਜਿਹਾ ਹੈ ਜਿਨ੍ਹਾਂ ਨੇ ਸਾਨੂੰ ਤਾਰਿਆ। ਅੱਜ ਅਗਰ ਇਹ ਨਾ ਹੁੰਦੇ ਇੱਥੋਂ ਦੀ ਦਰਿਆ ਬਣ ਜਾਣਾ ਸੀ। ਸਭ ਤੋਂ ਵੱਡਾ ਸਾਡਾ ਸਹਿਯੋਗ ਰਾਣਾ ਸਾਹਿਬ ਜੀ ਨੇ ਦਿੱਤਾ ਹੈ, ਜਿੱਥੇ ਰਾਣਾ ਉੱਥੇ ਜਾਣਾ। ਕਿਉਂ ਜੀ? ਚਾਹੇ ਕੋਈ ਆਮ ਆਦਮੀ ਪਾਰਟੀ ਦਾ MLA ਹੋ ਜਾਵੇ ਭਾਵੇਂ ਮਿਨਿਸਟਰ, ਕਿਸੇ ਪਿੰਡ ਦੇ ਵਿੱਚ ਜਾਣਾ ਪਹਿਲਾਂ ਤਾਂ SHO ਸਾਹਿਬਾਨ ਦੀ ਡਿਊਟੀ ਲੱਗਦੀ ਆ, DSP ਸਾਹਿਬਾਨ ਦੀ ਡਿਊਟੀ ਲੱਗਦੀ ਆ, ਫਿਰ ਟਾਊਨ 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 ਕਰਦੀਆਂ 8 ਗੱਡੀਆਂ ਨਾਲ ਜਾਂਦੀਆਂ, ਫਿਰ ਉਹ ਘੇਰਾ ਪੈਂਦਾ, ਫਿਰ ਉਹਨਾਂ ਦੀ ਪਾਰਟੀ ਦੇ 4 ਬੰਦੇ ਖੜ੍ਹਦੇ, ਫਿਰ ਉਹ ਗੱਲ ਕਰਦੇ ਆ। ਤੁਸੀਂ ਇਕੱਲੇ ਹੀ ਤੁਰੇ ਫਿਰਦੇ ਹੋ, ਕੋਈ ਉਹ ਬੰਦੂਕ ਵਾਲੇ ਬੰਦੇ ਦੀ ਲੋੜ ਨਹੀਂ, ਕੋਈ ਟੂੰ ਟੂੰ ਦੀ ਲੋੜ ਨਹੀਂ, ਕੋਈ ਲੋਕਲ SHO ਦੀ ਲੋੜ ਨਹੀਂ, ਕੋਈ ਫਿਕਰ ਫੁਕਰ ਨਹੀਂ ਹੁੰਦਾ ਵੀ ਕਿਤੇ ਯਾਰ ਕੋਈ ਪੰਗਾ ਨਾ ਪੈ ਪੈ ਜੇ ਕਿਤੇ ਇਕੱਲੇ ਚੱਲ ਗਏ। ਜਿਹੜੇ MLA ਨੂੰ ਆਪਦੇ ਇਲਾਕੇ 'ਚ ਸਿਕਿਉਰਿਟੀ ਦੀ ਲੋੜ ਹੋਵੇ ਤਾਂ ਉਹ ਕਾਹਦਾ MLA ਆ? 20 ਕਿਲੋਮੀਟਰ 4 ਕਿਲਾ ਪੈ ਲਈ ਆ, ਮੰਨ ਲਓ ਮੰਡਦੀ ਭਾਵੇਂ ਉਹ ਸਾਡੇ ਕੋਲ ਕੋਠੀ ਅਜੇ ਪਈ ਨਹੀਂ, ਹੁਣ 15 ਕਿਲੇ ਪੈ ਲਈ, ਉਹਨੇ ਕਿੱਦਾਂ 8 ਕਰੋੜ ਦੀ ਕੋਠੀ ਪਾ ਲਈ, ਦੱਸੋ ਕਿੱਥੋਂ ਕਮਾਈ ਆਈ? ਚੇਅਰਮੈਨ ਸਾਹਿਬ ਤੁਸੀਂ ਗੋਲ ਖਾਲੀ ਸ਼ਬਦ ਬੋਲਿਆ, 16 ਗੱਡੀਆਂ ਕੀ ਤੁਸੀਂ ਕੀ ਤੁਸੀਂ ਆਰਸੀਆਂ ਚੈੱਕ ਕੀਤੀਆਂ? 4 450 ਕਿੱਲੇ ਦੇ ਮਾਲਕ ਇਹ ਆ, ਤਕਰੀਬਨ 200 ਕਿੱਲੇ ਦੀ ਵਾਈ ਇਹੀ ਕਰਦੇ ਆ, ਮੇਰੇ ਕੋਲ ਤਾਂ ਨੁਵਾਈ ਤੇਲ ਜੀ ਪੈਂਦਾ, ਠੀਕ ਹੈ ਨਾ ਜੀ? ਇੱਕ 12 ਕਿੱਲੇ ਵਾਲਾ ਬੰਦਾ ਔਡੀ ਕੀ, ਫਾਰਚੂਨਰ ਕੀ, BMW ਕੀ, 14 ਗੱਡੀਆਂ ਸੀ ਉਸ ਟਾਈਮ, ਦੱਸੋ ਕੀ ਬੈਂਕ ਡਿਟੇਲ ਦੀ ਲੋੜ ਹੈਗੀ? ਬਾਕੀ MLA ਮੈਂ ਦੇਖਦਾ ਵੀ ਜਦੋਂ ਕੋਈ ਹੱਥ ਫਲਾਉਂਦਾ ਇੱਦਾਂ 2 ਉਂਗਲਾਂ ਜਾਂਦੀਆਂ, ਤੇ ਰਾਣਾ ਇੰਦਰ ਪ੍ਰਤਾਪ ਦੀ ਜੰਪੀ ਜਾਂਦੀ ਆ, ਇਹ ਸਾਰਾ ਪਰਿਵਾਰ ਹੈ ਮੇਰਾ ਦਾ, ਇਹ ਕਿਹੜੇ ਸੰਜੇ ਦੱਤ ਵਾਲੇ ਜਾਦੂ ਕੀ ਜੰਪੀ ਵਾਲਾ ਤੇ ਨਹੀਂ ਸੰਪਰਕ ਕਰ ਲਿਆ ਵੀ ਹੁਣ ਏਦਾਂ ਹੀ ਚੱਲੂਗਾ? ਅਮਰੀਕਾ 'ਚ ਪੜ੍ਹੇ ਹੋ, ਚੰਗੇ ਘਰ 'ਚ ਜਨਮ ਲਿਆ, ਚੰਗੀਆਂ ਜਿਹੜੀਆਂ ਸ਼ੌਂਕ ਪੂਰੇ ਕੀਤੇ, ਕਿੱਦਾਂ ਲੱਗਦਾ ਅੱਜ ਕਦੇ ਰੇਤੇ ਦੇ, ਕਦੇ ਮਿੱਟੀ ਦੇ, ਕਦੇ ਚਿੱਟਾ ਕੁੜਤਾ ਕਾਲਾ ਹੋ ਗਿਆ, ਕਦੇ ਜੁੱਤੀ ਗਿੱਲੀ ਹੋ ਗਈ? ਇਸ ਇਲਾਕੇ ਦੀ ਸਾਡੀ ਦੀ ਖੁਸ਼ਕਿਸਮਤੀ ਆ ਵੀ ਸਾਨੂੰ ਏਦਾਂ ਦਾ MLA ਮਿਲੇ। ਰਾਣਾ ਸਾਹਿਬ ਅੜ ਜਾਂਦੇ ਆ ਤੇ ਫਿਰ ਅਸੀਂ ਮਗਰ ਜਰਨੈਲ ਤਕੜਾ ਹੋਵੇ ਜੀ ਤੇ ਫਿਰ ਫੌਜਾਂ ਦਾ ਮਗਰ ਪੂਰੀ ਪੈਂਦੀਆਂ ਜੇ ਜਰਨੈਲ ਮਾੜਾ ਹੋਵੇ। ਉਹੋ ਹੀ ਤੇਜੀ ਸਾਡੇ ਤੋਂ ਪਿੱਛੇ ਪੜਦਾ ਹੁੰਦਾ ਸੀ, ਸਾਈਕਲ ਤੇ ਪੜਾ ਕੇ ਮੈਂ ਘਰ ਛੱਡ ਕੇ ਆਉਂਦਾ ਸੀ, ਹਾਂਜੀ, ਤੇ ਅੱਜ ਉਹਨੇ ਕੋਈ ਉੱਤੋਂ ਕੋਈ ਉਹ ਜਿੱਦਾਂ ਕਹਿੰਦੇ ਖਜ਼ਾਨਾ ਲੱਭ ਗਿਆ ਕੱਢਿਆ ਹੋਇਆ, ਸੰਗਤ ਦਾ ਹੀ ਆ ਜੀ। ਇੱਕ MLA ਰਿਹਾ ਹੋਵੇ 5 ਸਾਲ, ਤੁਹਾਨੂੰ 17,000 ਵੋਟ ਪਵੇ ਵੀ ਭੁੱਲ ਰਹੇਗੀ ਤੁਹਾਨੂੰ? ਸਾਰੇ ਸਾਡੇ ਮੂੰਹ ਤੋਂ ਫੋਨ ਆਇਆ ਕੋਈ ਸਿਆਸਤ ਨੀ, ਕੋਈ ਪਾਰਟੀ ਨੀ, ਸਾਰਾ ਇਲਾਕਾ ਇਕੱਠਾ ਹੋ ਕੇ ਲੱਗਿਆ। MLA ਬਣਨ ਤੋਂ ਬਾਅਦ ਕੀ ਕਿੱਦਾਂ ਲੱਗਦਾ? ਫਸੇ ਲੱਗਦੇ ਹੋ ਕਿ ਚੰਗੇ ਚੰਗੇ ਲੱਗਦੇ ਹੋ? ਸੁਲਤਾਨਪੁਰ ਆ ਕੇ ਸਵਾਲ ਆ ਜਾਂਦਾ, ਅਸੀਂ ਇਹਨਾਂ ਦੇ ਨਾਲ ਆ, ਜਿੱਥੇ ਜਾਣਗੇ ਉੱਥੇ ਜਾਵਾਂਗੇ, ਜੋ ਇਹਨਾਂ ਨੂੰ ਕਿਸੇ ਨੇ ਕਰਨਾ ਕਰ ਲਵੇ, ਅਸੀਂ ਛਾਤੀ ਤਾਣ ਕੇ ਅੱਗੇ ਖੜੇ ਹੋਵਾਂਗੇ। ਜਿਹੜੇ ਇਸ ਵਕਤ ਅਸੀਂ ਖੜ੍ਹੇ ਹਾਂ ਬਿਆਸ ਦਰਿਆ ਆਲੀ ਕਲਾਂ ਜਿਹੜਾ ਬੰਨ ਆ, ਇੱਥੇ ਟੁੱਟਾ ਇੱਥੇ ਪਹੁੰਚੇ ਹੋਏ ਹਾਂ, ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਆ। ਲੋਕਾਂ ਦਾ ਮੰਨਣਾ ਕਿ ਸਰਦਾਰ ਇੰਦਰ ਪ੍ਰਤਾਪ ਸਿੰਘ ਜੀ ਰਾਣਾ, ਜਿਹੜੇ ਹਲਕਾ ਸੁਲਤਾਨਪੁਰ ਲੋਧੀ ਤੋਂ MLA ਆ ਉਹਨਾਂ ਦਾ, ਅਤੇ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਦੇ ਕਾਰਨ ਹਜ਼ਾਰਾਂ ਹੀ ਜਿਹੜੇ ਖੇਤ ਬਚੇ ਆ, ਘਰ ਬਚੇ ਆ, ਲੋਕਾਂ ਦੇ ਡੰਗਰ ਬਚੇ ਆ, ਉਹਨਾਂ ਦੇ ਵਿੱਚ ਇਹ ਯੋਗਦਾਨ ਪਾ ਰਿਹਾ। ਅੱਜ ਅਸੀਂ ਸੋਚਿਆ ਇੱਥੇ ਜਾ ਕੇ ਸਾਰਾ ਕੀਤਾ ਜਾਵੇ। ਇੱਕ ਖੂਬਸੂਰਤ ਤਸਵੀਰ ਇਹ ਵੀ ਦੇਖਣ ਨੂੰ ਮਿਲੀ
ਬਈ ਜਿੱਥੇ ਲੀਡਰ ਲੋਕਾਂ ਵਿੱਚ ਜਾਣ ਤੋਂ ਕਤਰਾਉਂਦੇ ਆ ਜਾਂ ਲੀਡਰ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੇ, ਉੱਥੇ ਪੰਜਾਬ ਦੇ ਵਿੱਚ ਸਿਰਫ ਇੱਕੋ ਹੀ ਇੱਕ ਆਜ਼ਾਦ ਉਮੀਦਵਾਰ ਜਿੱਤੇ। ਰਾਣਾ ਇੰਦਰ ਪ੍ਰਤਾਪ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਦਿਨ ਰਾਤ ਕਹਿੰਦੇ ਇੱਕ ਕਰਤਾ ਅਤੇ ਪਿੰਡਾਂ ਦੇ ਲੋਕਾਂ ਨੂੰ ਬਚਾਉਣ ਦੇ ਵਿੱਚ ਆਪਣੇ ਰੁਝੇਵੇਂ ਛੱਡ ਕੇ ਇੱਥੇ ਆਪਣੀ ਸੇਵਾ ਵਿੱਚ ਹਾਜ਼ਰਾ। ਇੱਥੇ ਬਹੁਤ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਹੈਗੇ ਆ। ਸਰਦਾਰ ਸਾਹਿਬ, ਤੁਸੀਂ ਕਹਿੰਦੇ ਹੋ ਸਾਨੂੰ ਪ੍ਰਸ਼ਾਸਨ ਸਹਿਯੋਗ ਨਹੀਂ ਦਿੰਦਾ, ਸਰਕਾਰ ਸਾਡੀ ਆਪ ਭਾਵ ਨਹੀਂ ਲੈਂਦੀ। ਮੈਂ ਦੇਖ ਰਿਹਾ ਇੱਥੇ ਕਾਫੀ JCB ਮਸ਼ੀਨਾਂ ਚੱਲਦੀਆਂ, ਟਰੈਕਟਰ ਟਰਾਲੀਆਂ ਚੱਲ ਰਹੀਆਂ ਆ, ਅਤੇ ਉਹਦਾ ਖਰਚਾ ਤਾਂ ਹੈਗਾ ਨਾ, ਲੱਖਾਂ ਰੁਪਈਆਂ ਦਾ ਤਾਂ ਖਰਚਾ ਜੀ ਰੋਜ਼ ਦਾ, ਅਤੇ ਫਿਰ ਇਹ ਚੱਲ ਕਿੱਦਾਂ ਰਿਹਾ? ਆਖਿਰ ਕੋਈ ਨਾ ਕੋਈ ਤਾਂ ਸਾਡੇ ਪਿੱਛੇ ਖੜਾ ਹੋਊਗਾ। ਖਰਚਾ ਜਿਹੜਾ ਹੈਗਾ ਜੀ ਮਸ਼ੀਨਾਂ 'ਚ ਤੇਲ ਆ ਜਾਂ ਜਿਹੜੇ ਬੋਰੇ ਆ, ਇਹ ਸਾਰੇ ਆਪਣੇ ਰਾਣਾ ਜੀ ਜਿਹੜੇ ਹੈਗੇ ਆ ਉਹ ਸੇਵਾ ਕਰ ਰਹੇ ਆ, ਨਾਲ ਸੰਤ ਮਹਾਂਪੁਰਸ਼ ਸਿਹਾਰੀ ਸਾਹਿਬ ਵਾਲੇ ਆ ਜੀ, ਅਤੇ ਕੁਛ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਜੀ, ਕੁਛ ਸਾਡੇ NIR ਵੀਰ ਵੀ ਹੈਗੇ ਆ ਜਿਹੜੇ ਡੀਜ਼ਲ ਦੀ ਜਿਹੜੇ ਹੈਗੇ ਸੇਵਾ ਕਰ। ਇਲਾਕੇ ਦੇ ਸਰ ਲੋਕ ਹੋ, ਸਰਕਾਰ ਨਾਮ ਦੀ ਵੀ ਕੋਈ ਚੀਜ਼ ਆ ਜਾਂ ਇੱਥੋਂ ਦੇ ਇੰਚਾਰਜ ਸਰਦਾਰ ਸੱਜਣ ਸਿੰਘ ਚੀਮਾ ਜੀ ਆ, ਉਹਨਾਂ ਨਾਲ ਤੁਸੀਂ ਕੋਈ ਵਾਰਤਾਲਾਪ ਕੀਤੀ ਹੋਵੇ ਜਾਂ ਉਹਨਾਂ ਨੇ ਵੀ ਤਾਂ ਕੋਈ ਸਹਿਯੋਗ ਕੀਤਾ ਹੋਊਗਾ ਤੁਹਾਡਾ? ਵੇਖੋ, ਮੈਂ ਕਾਂਗਰਸੀ ਹਾਂ, ਜੇ ਮੈਂ ਕੋਈ ਉਹਦੇ ਬਾਰੇ ਟਿੱਪਣੀ ਕਰੂੰਗਾ ਨਾ ਤਾਂ ਮੇਰੇ ਵਾਸਤੇ ਸ਼ਾਇਦ ਉਹ ਠੀਕ ਨਹੀਂ ਹੋਊ। ਇਹ ਆ ਜਨਤਾ ਤੁਹਾਡੇ ਸਰ, ਇਕੱਲੇ ਇਕੱਲੇ ਬੰਦੇ ਤੋਂ ਪੁੱਛ ਲਓ, ਜੇ ਕੋਈ ਸਰਕਾਰ ਨੇ, ਮੇਰੇ ਹਿਸਾਬ ਨਾਲ ਤਾਂ ਇੱਥੇ ਕੋਈ ਸਰਕਾਰ ਨੇ 10 ਰੁਪਈਏ ਵੀ ਨਹੀਂ ਲਾਏ। ਸਰ, ਮੈਂ ਤੁਹਾਨੂੰ ਪੁੱਛ ਲੈਂਦਾ, ਤੁਸੀਂ ਦੱਸ ਦਿਓ ਬਜ਼ੁਰਗੋ, ਤੁਸੀਂ ਕਾਫੀ ਸਿਆਣੇ ਹੋ, ਸਰਦਾਰ ਸੱਜਣ ਸਿੰਘ ਚੀਮਾ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਚਾਹੇ ਅਫਸਰ ਸ਼ਾਹੀ, ਸਹਿਯੋਗ ਤਾਂ ਦਿੱਤਾ ਹੋਊਗਾ, ਉਹਨਾਂ ਨੂੰ ਵੀ ਆਪਣੀ ਜਨਤਾ ਦੀ ਫਿਕਰ ਤਾਂ ਹੈ, ਹੈ ਨਾ? ਜਿੱਦਾਂ ਚੀਮਾ ਸਾਹਿਬ ਜਾਂ ਕੋਈ ਵੀ ਆ ਆਮ ਆਦਮੀ ਪਾਰਟੀ ਆ, ਇਸ ਬੰਦ ਨੂੰ ਤਾਂ ਸਮਝਦੇ ਆ ਵੀ ਉਹ ਤਾਂ ਪਹਿਲਾਂ ਬੰਦ ਕਰੋ ਸਭ ਨੇ ਵੱਧਾ ਸੀ ਨਾ, ਉਹ ਗੌਰਮੈਂਟ ਹੀ ਬੰਦ ਮੰਨ ਦਿੱਤੇ ਆ। ਇਸ ਬੰਦ ਨੂੰ ਕੋਈ ਵੀ ਪ੍ਰਸ਼ਾਸਨ ਸਰਕਾਰੀ ਅਧਾਰੀ ਉਹ ਬੰਦ ਨਹੀਂ ਮੰਨਦਾ। ਇਹ ਬੰਦ ਪਹਿਲਾਂ ਵੀ ਸੰਸਥਾਵਾਂ ਨੇ ਲਵਾਇਆ ਵਾ, ਸੇਵਾ 'ਚ ਲਵਾਇਆ ਵਾ, ਇਹੋ ਜਿਹਾ ਮਹਾਂਪੁਰਸ਼ਾਂ ਸੰਗਤ ਨੇ ਲਵਾਇਆ ਵਾ, ਇਸ ਕਰਕੇ ਇਹ ਬੰਦ ਨੂੰ ਗੌਰਮੈਂਟ ਦਾ ਕੋਈ ਮਤ ਨਹੀਂ, ਇੱਕ ਬੋਰਾ ਵੀ ਮਤ ਨਹੀਂ ਦਿੱਤਾ। MLA ਸਾਹਿਬ, ਤੁਹਾਡਾ ਵੀ ਗੱਲਬਾਤ ਕਰਨੀ ਚਾਹੁੰਦਾ, ਇਸ ਆਹ ਜਿਹੜਾ ਤੁਸੀਂ ਸਾਰਾ ਖਰਚਾ ਕਰ ਰਹੇ ਹੋ, ਵੀ ਇਹ ਸੰਭਵ ਕਿੱਦਾਂ ਹੋ ਰਿਹਾ ਜੀ? ਤੁਸੀਂ ਸਾਰਾ ਆਪਣੀ ਪੋਕਟ 'ਚੋਂ, ਇਹ ਕੰਮ ਤਾਂ ਸਰਕਾਰਾਂ ਨਹੀਂ ਕਰ ਸਕਦੀਆਂ ਜੋ ਤੁਸੀਂ ਕਰ ਰਹੇ ਹੋ। ਦੇਖੋ, ਇਹ ਸਾਰਾ ਮੇਰਾ ਪਰਿਵਾਰ ਆ, ਇਲਾਕਾ ਮੇਰਾ ਪਰਿਵਾਰ ਆ, ਅਤੇ ਇਹਨਾਂ ਨੇ ਮੈਨੂੰ ਆਜ਼ਾਦ ਜਿਤਾਇਆ ਜਦੋਂ ਪੰਜਾਬ 'ਚ ਕੋਈ ਬੰਦਾ ਆਜ਼ਾਦ ਨਹੀਂ ਜਿੱਤਿਆ, ਅਤੇ ਇਹ ਮੇਰੀ ਡਿਊਟੀ ਆ ਕਿ ਜੇ ਇਲਾਕੇ 'ਚ ਸਮੱਸਿਆ ਹੋਵੇ ਤਾਂ ਰਲ ਮਿਲ ਕੇ ਉਹਦਾ ਸਲਿਊਸ਼ਨ ਕੱਢਣਾ। ਜਿੱਥੇ ਦੀ ਤੁਸੀਂ ਗੱਲ ਕੀਤੀ ਖਰਚੇ ਵਾਲੀ, ਖਰਚਾ ਤਾਂ ਜਦੋਂ ਮਹਾਰਾਜ ਕਿਰਪਾ ਕਰੇ ਨਾ, ਅਤੇ ਸੰਗਤ ਆਪਣੇ ਆਪ ਰਲ ਮਿਲ ਕੇ ਚੀਜ਼ ਸਿਰੇ ਲਾ ਲੈਂਦੀ ਹੈ ਜੀ। ਸੋ ਇਹ ਸਾਰਾ ਸਹਿਯੋਗ ਸੰਗਤ ਦਾ ਅਤੇ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਰੋਲ ਹੈ, ਚਾਹੇ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਬਾਬਾ ਘੋਲਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਉਹਨਾਂ ਨੇ ਪਰਵਾਣਿਆ ਸੀ ਬੰਨ ਵੱਟਿਆ ਬਣਾਇਆ, ਉਹਨਾਂ ਦੀ ਕਿਰਪਾ ਹੋਈ। ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦ ਵਾਲੇ ਉਹ ਵੀ ਆਉਂਦੇ ਆ, ਅਤੇ ਸਮੂਹ ਸੰਗਤ ਨੇ ਰਲ ਕੇ ਇਹ ਚੀਜ਼ ਨੂੰ ਸਿਰੇ ਚੜਾਇਆ। ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਪੰਜਾਬ ਦੇ ਪਹਿਲੇ ਇਹੋ ਜਿਹੇ ਉਮੀਦਵਾਰ ਹੋ ਜਿਹੜੇ ਆਜ਼ਾਦ MLA ਜਿੱਤੇ ਹੋ, ਪਰ ਪ੍ਰਸ਼ਾਸਨ ਨੇ ਤਾਂ ਤੁਹਾਡੇ 'ਤੇ ਪਰਚਾ ਕਰਤਾ, ਕਹਿੰਦੇ ਕਾਨੂੰਨ ਦੀ ਉਲੰਘਣਾ ਕੀਤੀ ਆ। ਵੇਖੋ, ਜਦੋਂ ਜਿਸ ਚੀਜ਼ ਦੀ ਲੋੜ ਸੀ ਨਾ ਇਲਾਕੇ ਨੂੰ, ਉਹ ਮੈਂ ਕੀਤਾ। ਪਰਚਿਆਂ ਦੀ ਕੋਈ ਚਿੰਤਾ ਨਹੀਂ, ਜਿੰਨੇ ਮਰਜ਼ੀ ਪਰਚੇ ਹੋ ਜਾਣ, ਮੈਨੂੰ ਖੁਸ਼ੀ ਆ ਵੀ ਮੈਂ ਉਹ ਇਲਾਕੇ ਉਹ ਬੰਨ ਵੱਢਿਆ, ਮਨੋ ਸੰਤੁਸ਼ਟੀ ਆ। ਉਹਦਾ ਕਾਰਨ ਇਹ ਹੈ ਕਿ ਜੇ ਮੈਂ ਉਹ ਬੰਨ ਨਾ ਵੱਢਦਾ ਤਾਂ 22,000 ਏਕੜ, 20 ਤੋਂ 22,000 ਏਕੜ, 20 ਪਿੰਡਾਂ 'ਚ ਝੋਨਾ ਨਹੀਂ ਲੱਗਣਾ ਸੀ। ਉਹ ਕੁਦਰਤ ਵੱਲੋਂ ਰੱਬ ਵੱਲੋਂ ਹੀ 4 ਦਿਨ ਸੀਗੇ ਵੱਢਣ ਵਾਲੇ। ਉਹਦੇ ਤੋਂ ਉਦੋਂ ਬਿਆਸ ਦਰਿਆ ਦਾ ਲੈਵਲ ਨੀਵਾਂ ਸੀ ਅਤੇ ਸਾਡਾ ਪਾਣੀ ਉੱਚਾ ਸੀ, ਅਸੀਂ ਬੰਨ ਵੱਢਿਆ ਅਤੇ ਪਾਣੀ ਅੰਦਰ ਆ ਗਿਆ। ਅਤੇ ਮੈਂ ਕਹਿ ਸਕਦਾ ਉਦੋਂ ਤੋਂ ਲੈ ਕੇ ਹੁਣ ਤੱਕ ਮਸੀਂ ਸਮੇਂ ਕੋਈ ਵੀ ਨਹੀਂ ਸਮੇਂ ਆਉਣਾ ਸੀ ਜਿਹਦੇ 'ਤੇ ਅਸੀਂ ਉਹ ਪਾਣੀ ਦੀ ਨਿਕਾਸੀ ਕਰ ਸਕਦੇ। ਉਹਦੀ ਨਿਕਾਸੀ ਸਿਰਫ ਬਿਆਸ ਦਰਿਆ 'ਚ ਹੋਣੀ ਸੀ, ਹੋਰ ਕਿਤੇ ਹੋਣੀ ਨਹੀਂ ਸੀ। ਅਤੇ ਪਰਮਾਤਮਾ ਹੀ ਆ, ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਹੈ, ਉਹੀ ਕਰਾਉਣ ਵਾਲੇ, ਰਾਣਾ ਕੁਛ ਨਹੀਂ ਕਰਨਾ। ਸਰ, ਚੋਣਾਂ ਆ ਜਾਂਦੀਆਂ ਉਦੋਂ ਸਾਰੇ ਲੀਡਰ ਤੁਹਾਡੇ ਘਰ ਵੀ ਪਹੁੰਚਣਗੇ, ਇਕੱਲੇ ਇਕੱਲੇ ਘਰ, ਚਾਹੇ ਕੋਈ ਅਮੀਰ ਗਰੀਬ ਆ, ਦੋਵੇਂ ਹੱਥ ਜੋੜ ਕੇ ਆਉਂਦੇ ਆ, ਪਰ ਜਦੋਂ ਲੋਕਾਂ 'ਤੇ ਮੁਸੀਬਤ ਆਉਂਦੀ ਆ ਤਾਂ ਉਦੋਂ ਕਿਉਂ ਨਹੀਂ? ਕੀ ਕਹਿਣਾ ਚਾਹੁੰਦੇ ਹੋ? ਸਰ, ਇਕੱਲੇ ਇਕੱਲੇ ਇਹ ਉਮੀਦਵਾਰ ਆ ਜਿਹੜੇ ਲੋਕਾਂ ਨੂੰ ਪਹਿਲਾਂ ਵੀ ਚੰਗੀ ਤਰੀਕੇ ਨਾਲ ਮਿਲੇ ਤਾਂ ਹੁਣ ਵੀ ਚੰਗੀ ਤਰੀਕੇ ਨਾਲ ਮਿਲ ਰਹੇ ਆ। ਹਰ ਕਿਤੇ ਸਹਿਚਾਰ ਕਰਦੇ ਆ, ਮਿਲਦੇ ਆ, ਵਰਤਦੇ ਆ, ਸਾਰਾ ਕੁਛ ਜੋ ਵੀ ਕਰ ਰਹੇ ਆ ਆਪਦੀ ਪੋਕਟ 'ਚੋਂ ਕਰ ਰਹੇ ਆ, ਕਿਤੇ ਗੌਰਮੈਂਟ ਦਾ ਕੋਈ ਇਹਦੇ ਵਿੱਚ ਲੇਖਾ ਦੇਖਾ ਨਹੀਂ ਗਾ ਜੀ। ਮੈਂ ਤਾਂ ਅੱਜ ਤੱਕ ਇੱਦਾਂ ਦਾ ਲੀਡਰ ਦੇਖਿਆ ਹੀ ਨਹੀਂ ਜੀ ਜਿੱਦਾਂ ਦਾ ਸਾਨੂੰ ਹੁਣ ਮਿਲਿਆ ਲੀਡਰ ਜੀ। ਅੱਗੇ ਤਾਂ ਇੱਦਾਂ ਦਾ ਲੀਡਰ ਮਿਲਿਆ ਹੀ ਨਹੀਂ ਸਾਨੂੰ ਕੋਈ ਵੀ ਜੀ। ਬਹੁਤ ਮੈਂ ਕਾਂਗਰਸੀ ਹਾਂ ਜੀ, ਪਹਿਲਾਂ ਵੀ ਕਾਂਗਰਸੀ, ਹੁਣ ਤਾਂ ਚਲੋ ਇਹਨਾਂ ਦੇ ਨਾਲ ਕਾਂਗਰਸੀ। ਪਰ ਰਾਣਾ ਜੀ, ਗੱਲ ਬੜੀ ਹੈਰਾਨੀ ਜੀ ਵਾਲੀ ਆ, ਮੈਨੂੰ ਸਮਝ ਨਹੀਂ ਆਉਂਦੀ ਕੋਈ ਇੱਥੇ ਕਾਂਗਰਸ ਪਾਰਟੀ ਤੋਂ ਆ, ਕੋਈ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਆ, ਸਰਦਾਰ ਸਾਹਿਬ ਕਹਿੰਦੇ ਮੈਂ ਆਮ ਆਦਮੀ ਪਾਰਟੀ ਤੋਂ ਆ,
तारीफा थोड़िया हो रही कहते भी साढ़े लीडर राणा इंद्र प्रताप सिंह जी आ हाँ जी चंगा काम करू सरदार इंद्र प्रताप सिंह राणा मुंडो लै गए ज्यों आ गए जी पानी दे विच आण के साडी बांह फड़ी जी इन्हां ने ते बांह फड़ी है ते बांह छड्डी नहीं जी मतलब ते बांह फड़ रहे आ मतलब असीं किवें भुल जांगे जी बिलकुल नहीं भुलांगे सरदार सरदार सिंह राणा दी देण ते श्रीमान ब्रह्म ज्ञानी संत बाबा सुखा सिंह सर तुसीं की कहना चाहुंदे हो वी सारियां पार्टियां जिवें मैं तुहानूं सवाल कीता सी विच रह गया देखो आ जिहड़ा काम है ना ये सांझा काम है इस कोई सियासी सियासत नहीं कोई पार्टी नहीं सारा इलाका इकट्ठा होके लग्या आ भी एक बड़ी खूबसूरत तस्वीर आ भाई साहब सारे ही इत्थे काम कर रहे आ आ बड़ा सोहना स्लोगन लिखा जिथे राणा उत्थे जाना क्यों जी जो काम कर रहे राणा साहब जी कर रहे आ असी भी राणे दे मगर ही जाना जो भी करूगा राणा जी जो कहू उत्थे जाना ना ये अकालियां च ना ये आम आदमी पार्टी च ना ये सरकार च फिर शब्द बड़े बड़े कह रहे हो भी जिथे राणा उत्थे जाना ਭਾਜੀ ਇੱਦਾਂ ਨਾ ਜੋ ਵੀ ਕਰ ਰਹੇ ਆ ਆਪਣੀ ਜੇਬ ਤੋਂ ਖਰਚਾ ਇਹੋ ਕਰ ਰਹੇ ਆ ਜੋ ਵੀ ਆ ਕਿਸੇ ਸਰਕਾਰ ਨੇ ਕੋਈ ਸਰਕਾਰ ਨਹੀਂ ਇੱਥੇ ਆਈ ਰਾਣਾ ਜੀ ਆਏ ਇਹਨਾਂ ਕੀਤਾ ਜੋ ਵੀ ਕੀਤਾ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਸੇਵਾ ਕਰਦਿਆਂ ਨੂੰ ਹਫ਼ਤਾ ਇੱਕ ਹੋ ਗਿਆ ਜੀ ਜੀ ਹਾਂਜੀ ਸਰ ਤੁਸੀਂ ਗੱਲ ਕਰ ਰਹੇ ਸੀਗੇ ਜੀ ਬੰਨ ਉੱਥੋਂ ਟੁੱਟਾ ਸੀ ਜਿੱਥੇ ਪਹਿਲਾਂ ਆਪਾਂ ਕਿਸ਼ਤੀਆਂ ਖੜੀਆਂ ਨਾ ਜੀ ਇੱਥੇ ਕੀ ਸੀਗਾ ਅਸੀਂ ਖਿੱਚ ਕੇ ਲੈ ਆਏ ਸੀ ਅਤੇ ਜਿੱਦਣ ਮੈਨੂੰ ਕਲੈਰਿਟੀ ਸੀਗੀ ਕਿ ਵੀ ਜਿੱਦਣ 2 ਲੱਖ ਕਿਊਸਿਕ ਪਾਣੀ ਛੱਡਿਆ ਇਹਨਾਂ ਨੇ ਉੱਦਣ ਇਹ ਸਾਰਾ ਬੰਨ ਇੱਥੋਂ ਲੈ ਕੇ ਅਤੇ ਜਿੱਥੇ ਦੀ ਨਿਗਾਹ ਜਾਂਦੀ ਆ ਜੀ ਇਹ ਵੀ 300 ਮੀਟਰ 'ਤੇ ਹੈਗਾ ਹੀ ਆ ਜੀ 1500-2000 ਫੁੱਟ ਇਹ ਟੁੱਟ ਗਿਆ ਅਤੇ ਫਿਰ ਸਾਰੇ ਲੋਕਾਂ ਦਾ ਹੌਸਲਾ ਡਾਊਨ ਹੋ ਗਿਆ ਕਿ ਵੀ ਬੰਨ ਬਹੁਤ ਜ਼ਿਆਦਾ ਟੁੱਟ ਗਿਆ ਪਰ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਫਿਰ ਆ ਵਰਮੇ ਲਿਆਏ ਆ ਵੇਖੋ ਵਰਮਾ ਆਹ ਵਰਮਾ ਹਾਂਜੀ ਇਹਨੇ 300 ਫੁੱਟ 1000 ਫੁੱਟ ਤੋਂ ਤਾਂ ਕਹੀ ਹੈ 2000 ਫੁੱਟ ਹੋਣਾ ਜਿਹੜਾ 1500-2000 ਫੁੱਟ ਅਸੀਂ ਏਰੀਆ ਕੱਢਿਆ ਦਰਿਆ 'ਚੋਂ ਰੇਤਾ ਕੱਢ ਕੇ ਆਪ ਬੰਨ ਬਣਾਈ ਜਾਂਦੇ ਹਾਂ ਕਿਸੇ ਬੰਦੇ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਸੋ ਦਿਮਾਗ ਚਲਾਉਣ ਦੀ ਲੋੜ ਹੈ ਅਤੇ ਪੈਸਿਆਂ ਨਾਲ ਸਾਰਾ ਕੁਛ ਨਹੀਂ ਹੁੰਦਾ ਪਰ ਰਾਣਾ ਜਿਹੜਾ ਜੇ ਦੇਖੀਏ ਵੀ ਜਟਕਾ ਜੁਗਾੜ ਦੇਸੀ ਜੁਗਾੜ ਜਿਹੜਾ ਪ੍ਰਸ਼ਾਸਨ ਕਹਿੰਦਾ ਇੱਥੇ ਹੋ ਨਹੀਂ ਸਕਦਾ ਤੁਸੀਂ ਧੁੰਨੀ ਜੋ ਕੱਢ ਕੱਢ ਕੇ ਬਾਹਰ ਲਈ ਜਾਂਦੇ ਹੋ ਤਕਨੀਕ ਕਿੱਦਾਂ ਦਿਮਾਗ 'ਚ ਆਉਂਦੀ ਵੀ ਭਾਈ ਆਹ ਕੰਮ ਆਪਾਂ ਕਰ ਲਈਏ ਇਹ ਤਕਨੀਕ ਤੁਸੀਂ ਅਫਸਰ ਸਾਹਿਬਾਨਾਂ ਨੂੰ ਵੀ ਦੱਸ ਸਕਦੇ ਹੋ ਸਰਕਾਰ ਨੂੰ ਵੀ ਦੱਸ ਸਕਦੇ ਹੋ ਕਿ ਕੋਈ ਸੁਣਦਾ ਨਹੀਂ ਹੈਗੀ ਤੁਹਾਡੀ ਗੱਲ ਕੋਈ ਅਸੀਂ ਕਿ ਜਾਂ ਤੁਹਾਨੂੰ ਲੱਗਦਾ ਵੀ ਲੋੜ ਹੀ ਨਹੀਂ ਅਸੀਂ ਇਕੱਲੇ ਕਾਫੀ ਹਾਂ ਅਸੀਂ ਇੱਦਾਂ ਆ ਹਰ ਦੂਜੇ ਦਿਨ ਸਾਡੇ ਨਵਾਂ ਪੈਂਤਰਾ ਦਿਮਾਗ 'ਚ ਆਉਂਦਾ ਨਵੀਂ ਟੈਕਨੀਕ ਆਉਂਦੀ ਉਹਨੂੰ ਟ੍ਰਾਇਲ ਕਰੀਦਾ ਕਿਤੇ ਪਾਸ ਹੋਈਦਾ ਕਿਤੇ ਫੇਲ ਹੋਈਦਾ ਪਰ ਫਿਰ ਮਹਾਰਾਜ ਦੀ ਕਿਰਪਾ ਰਹੀ ਆ ਕਿ ਇਸ ਬੰਨ ਬੰਨਣ ਦੇ ਵਿੱਚ ਜਿਹੜੀ ਜਿਹੜੀ ਟੈਕਨੀਕ ਅੱਗੇ ਲੈ ਕੇ ਆਏ ਹਾਂ ਉਹਦੇ 'ਚ ਮਹਾਰਾਜ ਨੇ ਕਿਰਪਾ ਕੀਤੀ ਉਹ ਪਾਸ ਹੋਈ ਅਤੇ ਜਿੱਥੇ ਵੀ ਸਰਕਾਰ ਨੂੰ ਦੱਸਣ ਵਾਲਾ ਉਹ ਸਾਡੀ ਆਦਤ ਹੀ ਨਹੀਂ ਹੈਗੀ ਬਾਲੀ ਦੱਸਣ ਵਾਲੀ ਜਿਹੜੀ ਚੀਜ਼ ਮਨ 'ਚ ਆ ਜੂ ਅਸੀਂ ਫਿਰ ਕਰਕੇ ਦਿਖਾ ਦੇਈਦੀ ਆ ਬਾਲਾ ਪਰ ਤੁਹਾਡੇ ਲਈ ਚੈਲੰਜ ਵੱਡਾ ਹੈ ਨਾ ਇਹ ਇੱਕ ਥੋੜ੍ਹੀ ਬੰਨ ਆ ਤੁਹਾਡੇ ਇਲਾਕੇ 'ਚ ਮੇਰੇ ਖਿਆਲ ਨਾਲ 4 ਜਾਂ 5 ਬੰਨ ਪੈਂਦੇ ਆ ਤੁਹਾਨੂੰ ਤਾਂ ਸਾਰੇ ਪਾਸੇ ਜਾਣਾ ਪੈਂਦਾ ਅਸੀਂ 5 ਬੰਨਿਆ ਤਾਂ 6 ਬੰਨਾਂ 'ਤੇ ਕੰਮ ਕੀਤਾ ਪਿਛਲੇ 2.5 ਮਹੀਨਿਆਂ 'ਚ ਅਤੇ ਇੱਕ ਬਾਊਪੁਰ ਰਹਿ ਗਿਆ ਉਹ ਅੱਜ ਨਿਬੜ ਜਾਊਗਾ ਇੱਕ ਬੰਨ ਇਹ ਆ ਅਤੇ ਇਹ ਵੀ ਮਹਾਰਾਜ ਕਿਰਪਾ ਕਰਨੀ ਹੈ 5-7 ਦਿਨਾਂ ਦੇ ਵਿੱਚ ਨਿਬੜ ਜਾਊਗਾ ਅਤੇ ਉਹਦੇ ਤੋਂ ਬਾਅਦ ਅਸੀਂ ਇਹਨੂੰ ਹੋਰ ਤਕੜਾ ਕਰਕੇ ਪੱਕਾ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਸਮੱਸਿਆ ਨਾ ਆਵੇ ਵੈਸੇ ਇੱਕ ਸੱਚੇ ਦਿਲ ਦੀ ਅੰਦਰੋਂ ਸੱਚਾਈ ਦੱਸਿਓ ਚਾਹੇ ਕੋਈ ਆਮ ਆਦਮੀ ਪਾਰਟੀ ਦਾ MLA ਹੋ ਜਾਵੇ ਭਾਵੇਂ ਮਿਨਿਸਟਰ ਕਿਸੇ ਪਿੰਡ ਦੇ ਵਿੱਚ ਜਾਣਾ ਪਹਿਲਾਂ ਤਾਂ SHO ਸਾਹਿਬਾਨ ਦੀ ਡਿਊਟੀ ਲੱਗਦੀ ਆ DSP ਸਾਹਿਬਾਨ ਦੀ ਡਿਊਟੀ ਲੱਗਦੀ ਆ ਫਿਰ ਟਾਊਂ 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 ਕਰਦੀਆਂ 8 ਗੱਡੀਆਂ ਨਾਲ ਜਾਂਦੀਆਂ ਫਿਰ ਉਹ ਘੇਰਾ ਪੈਂਦਾ ਫਿਰ ਉਹਨਾਂ ਦੀ ਪਾਰਟੀ ਦੇ 4 ਬੰਦੇ ਖੜ੍ਹਦੇ ਫਿਰ ਉਹ ਗੱਲ ਕਰਦੇ ਆ ਤੁਸੀਂ ਇਕੱਲੇ ਹੀ ਤੁਰੇ ਫਿਰਦੇ ਹੋ ਕੋਈ ਉਹ ਬੰਦੂਕ ਵਾਲੇ ਬੰਦੇ ਦੀ ਲੋੜ ਨਹੀਂ ਕੋਈ ਟੂੰ ਟੂੰ ਦੀ ਲੋੜ ਨਹੀਂ ਕੋਈ ਲੋਕਲ SHO ਦੀ ਲੋੜ ਨਹੀਂ ਕੋਈ ਫਿਕਰ ਫੁਕਰ ਨਹੀਂ ਹੁੰਦਾ ਵੀ ਕਿਤੇ ਯਾਰ ਕੋਈ ਪੰਗਾ ਨਾ ਪੈ ਪਏ ਜੇ ਕਿਤੇ ਇਕੱਲੇ ਚੱਲ ਗਏ ਉਹ ਜਿਹੜਾ ਐਮ ਐਲ ਏ ਨੂੰ ਆਪਦੇ ਇਲਾਕੇ 'ਚ ਸਿਕਿਉਰਿਟੀ ਦੀ ਲੋੜ ਹੋਵੇ ਤਾਂ ਉਹ ਕਾਹਦਾ MLA ਆ ਆਪਦੇ ਲੋਕਾਂ 'ਚ ਉਹਨੂੰ ਸਿਕਿਉਰਿਟੀ ਦੀ ਲੋੜ ਹੋਵੇ ਮੈਂ ਨਹੀਂ ਸਮਝਦਾ ਉਹ MLA ਲੋੜ ਹੀ ਨਹੀਂ MLA ਨੂੰ ਆਪਦੇ ਇਲਾਕੇ ਦੇ ਵਿੱਚ ਬਾਕੀ MLA ਮੈਂ ਦੇਖਦਾ ਵੀ ਜਦੋਂ ਕੋਈ ਹੱਥ ਫਲਾਉਂਦਾ ਇਹ ਤਾਂ 2 ਉਂਗਲਾਂ ਜਾਂਦੀਆਂ ਅਤੇ ਰਾਣਾ ਇੰਦਰ ਪ੍ਰਤਾਪ ਦੀ ਜੱਫੀ ਜਾਂਦੀ ਆ ਇਹ ਸਾਰਾ ਪਰਿਵਾਰ ਹੈ ਮੇਰਾ ਇਹ ਕਿਤੇ ਸੰਜੇ ਦੱਤ ਵਾਲੀ ਜਾਦੂ ਕੀ ਜੱਫੀ ਵਾਲਾ ਤਾਂ ਨਹੀਂ ਉਹ ਕਰ ਲਿਆ ਵੀ ਹੁਣ ਇੱਦਾਂ ਹੀ ਚੱਲੂ ਕੰਮ
ਇਹ ਜੱਫੀ ਨਾਲ ਹੀ ਚੱਲਣਾ, ਇਹ ਰਾਣਾ ਜੀ ਨੇ ਹੀ ਸਿਖਾਈ ਆ ਜੱਫੀ, ਅਤੇ ਜੱਫੀ ਨਾਲ ਹੀ ਚੱਲ ਕੰਮ ਚੱਲਣਾ, ਪਰਿਵਾਰ ਆ ਸਾਰਾ ਮੇਰਾ, ਸਿਆਸਤ ਵਾਲੀ ਕੋਈ ਗੱਲ ਹੀ ਨਹੀਂ, ਹੁਣ ਪਰਿਵਾਰ ਹੈ ਸੁਖਪਾਲ ਸਿੰਘ ਦਾ। ਜਿਹੜਾ ਲੀਡਰ ਲੋਕਾਂ ਦੀ ਬਾਂਹ ਫੜਦਾ, ਜਿਹੜਾ ਲੀਡਰ ਲੋਕਾਂ ਨਾਲ ਵੋਟਾਂ 'ਚ ਕੀਤੇ ਵਾਅਦੇ ਪੂਰੇ ਕਰਦਾ, ਜਿਹੜਾ ਲੀਡਰ ਰਾਤ ਦਿਨ ਮਦਦ ਲਈ ਮੈਦਾਨ ਦੇ ਵਿੱਚ ਰਹਿੰਦਾ, ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਸੋ ਇਹੋ ਜਿਹੜੇ ਨੌਜਵਾਨ ਵੀਰ ਆ, ਜੇ ਲੋਕਾਂ ਨਾਲ ਖੜ ਰਿਹਾ ਤਾਂ ਇਹਦੀ ਇੱਕ ਖੂਬਸੂਰਤ ਤਸਵੀਰ ਵੀ ਤੁਸੀਂ ਖੁਦ ਦੇਖ ਲਈ ਆ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਇੱਥੇ ਆਏ ਆ, ਭਾਵੇਂ ਕਾਂਗਰਸ ਪਾਰਟੀ ਦੇ ਆਏ ਆ, ਭਾਵੇਂ ਆਮ ਆਦਮੀ ਪਾਰਟੀ ਦੇ ਆਏ ਆ, ਭਾਵੇਂ ਹੋਰ ਪਾਰਟੀਆਂ ਦੇ ਆਏ ਆ, ਸਾਰੇ ਸਹਿਯੋਗ ਕਰ ਰਹੇ ਆ। ਉਹ ਕਹਿੰਦੇ ਵੀ ਸਾਡਾ MLA ਸਾਡਾ ਲੀਡਰ ਉਹ ਆ, ਅਸੀਂ ਪਾਰਟੀ ਬਾਈਆਂ ਦਾ ਉੱਠ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸਪੋਰਟ ਕਰਦੇ ਹਾਂ। ਭਾਅ ਜੀ ਅਸੀਂ ਨਾ ਮਾਝੇ 'ਚ ਗਏ ਸੇਵਾ ਕਰਨ, ਉੱਥੇ ਵੀ ਲੋਕ ਨਾ ਰਾਣਾ ਸਾਹਿਬ ਨਹੀਂ ਉੱਥੇ ਗਏ, ਜਦੋਂ ਮਸ਼ੀਨਾਂ ਚੱਲਦੀਆਂ ਇਹਨਾਂ ਲੋਕ ਕਹਿੰਦੇ ਅਸੀਂ ਦੇਖਣ ਜਾਣਾ ਰਾਣਾ ਸਾਹਿਬ ਕਿੱਥੇ ਰਹਿੰਦੇ ਆ। ਇਹਨਾਂ ਲੋਕਾਂ 'ਚ ਉਤਸ਼ਾਹ ਸੀ ਅਤੇ 24 ਘੰਟੇ ਲਗਾਤਾਰ ਮਸ਼ੀਨਾਂ ਚੱਲੀਆਂ। ਉੱਥੇ ਬੰਨ ਜਿਹੜਾ ਸੀ ਨਾ 40 ਤੋਂ 45 ਫੁੱਟ ਦੀ ਡੂੰਘਾਈ 'ਚ ਪਾਣੀ ਸੀਗਾ, ਮਸ਼ੀਨਾਂ ਬੈਗ ਸੁੱਟਦੀਆਂ ਸੀ, ਲੋਕ ਜਿਹੜੇ ਸੀ ਨਾ ਹਜ਼ਾਰਾਂ ਨਾਲ ਲੋਕ ਬੰਨ 'ਤੇ ਖੜ੍ਹ ਕੇ ਮਸ਼ੀਨ ਦੇਖਣ ਲੱਗ ਪਏ ਸੀ, ਅਤੇ ਤੜਕੇ 6:05 'ਤੇ ਉਹ ਵੱਡਾ ਬੰਨ ਬੰਨਿਆ ਗਿਆ ਜੀ। ਇੱਕ ਸਲੋਗਨ ਬੜਾ ਮਸ਼ਹੂਰ ਆ, ਜਿੱਥੇ ਰਾਣਾ ਉੱਥੇ ਜਾਣਾ। ਅੱਜ ਮੈਨੂੰ ਥੋੜ੍ਹੀ ਜਿਹੀ ਗੱਲ ਸਮਝ ਆਉਣ ਲੱਗ ਪਈ ਆ ਵੀ ਲੋਕ ਕਿਉਂ ਇਹ ਗੱਲ ਕਹਿੰਦੇ ਆ, ਇਹੀ ਕਾਰਨ ਆ ਜੀ। ਇਹੀ ਕਾਰਨ ਆ ਜੀ, ਜਿੱਥੇ ਰਾਣਾ ਉੱਥੇ ਹੀ ਜਾਣਾ, ਇਹ ਸਹੀ ਆ ਜੀ। ਇਹਨਾਂ ਦਾ ਪਿਆਰ ਹੀ ਇੰਨਾ ਜ਼ਿਆਦਾ ਵਾ, ਕੰਮ ਕਰਦੇ ਆ, ਪਿਆਰ ਬਹੁਤ ਦਿੰਦੇ ਆ, ਇਸੇ ਕਰਕੇ ਦੁਨੀਆ ਫੈਨ ਆ ਜੀ ਇਹਨਾਂ ਦੀ। ਚੇਅਰਮੈਨ ਸਾਹਿਬ ਕੋਈ ਡਰ ਨਹੀਂ ਲੱਗਾ, ਕਾਂਗਰਸ ਦੀ ਚੇਅਰਮੈਨ ਹੀ ਆਜ਼ਾਦ ਉਮੀਦਵਾਰ ਨਾਲ ਖੜ੍ਹੇ ਹੋ, ਖੜ੍ਹੇ ਵੀ ਗਾਡਰ ਵਾਂਗਿਓ। ਡਰ ਕਾਹਦਾ ਜੀ, ਅੱਜ ਦੇ ਨਹੀਂ ਜੀ, 2002 ਤੋਂ 4 'ਚ ਰਾਣਾ ਜੀ ਨੇ MP ਇਲੈਕਸ਼ਨ ਲੜੀ ਸੀ। ਰਾਣਾ ਇੰਦਰ ਪ੍ਰਤਾਪ ਜੀ ਉਦੋਂ ਸੁਲਤਾਨਪੁਰ ਰਹੇ ਜੀ, ਅਤੇ ਬੜੀ ਪੁਰਾਣੀ ਇਹਨਾਂ ਨਾਲ ਸਾਂਝ ਆ ਜੀ। ਡਰ ਕਾਹਦਾ ਜੀ, ਅੜ ਗਿਆ ਤੇ ਅੜ ਗਿਆ, ਖੜ੍ਹ ਗਿਆ ਤੇ ਖੜ੍ਹ ਗਿਆ। ਬਿਲਕੁਲ ਜੀ ਬਿਲਕੁਲ, ਰਾਣਾ ਸਾਹਿਬ ਅੜ ਜਾਂਦੇ ਆ ਤਾਂ ਫਿਰ ਅਸੀਂ ਮਗਰ, ਜਰਨੈਲ ਤਕੜਾ ਹੋਵੇ ਜੀ ਤਾਂ ਫਿਰ ਫੌਜਾਂ ਤਾਂ ਮਗਰ ਤੋਰੀ ਪੈਂਦੀਆਂ, ਜੇ ਜਰਨੈਲ ਮਾੜਾ ਹੋਵੇ। ਬਹੁਤ ਸਾਰੇ ਲੀਡਰ ਇਲੈਕਸ਼ਨ 'ਚ ਦਾਅਵੇ ਬੜੇ ਕਰਦੇ ਆ, ਪੈਰਾਂ ਨੂੰ ਹੱਥ ਲਾਉਂਦੇ ਆ, ਗੋਡਿਆਂ ਨੂੰ ਹੱਥ ਲਾਉਂਦੇ ਆ ਜੀ ਮੈਂ ਤੁਹਾਡੀ ਬਾਂਹ ਫੜੂੰਗਾ, ਅੱਜ ਕੋਈ ਦੱਸ ਨਹੀਂ ਰਿਹਾ। ਇਹ ਦੇਖੋ, ਇਹ ਤਾਂ ਬਹੁਤ ਇਸ ਇਲਾਕੇ ਦੀ ਸਾਡੀ ਦੀ ਖੁਸ਼ਕਿਸਮਤੀ ਆ ਵੀ ਸਾਨੂੰ ਇੱਦਾਂ ਦਾ MLA ਮਿਲੇ, ਔਰ ਜਿਨ੍ਹਾਂ ਨੇ ਆਪਣੇ ਕੋਲੋਂ ਜੇਬ 'ਚੋਂ ਖਰਚਾ ਕਰਕੇ ਆਪਣੀ ਸੰਗਤ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਬਣ ਕੇ ਖੜ੍ਹੇ। ਇਹ ਤਾਂ ਕੋਈ ਕੋਈ ਇਨਸਾਨ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਕੁਦਰਤ ਵੱਲੋਂ ਪਰਮਾਤਮਾ ਵੱਲੋਂ ਹੀ ਬਖਸ਼ਿਸ਼ ਹੁੰਦੀ ਆ ਵੀ ਕਦੀ ਦਿਨ ਨਹੀਂ ਦੇਖਣਾ, ਰਾਤ ਨਹੀਂ ਦੇਖਣਾ, ਔਰ ਇੱਥੇ ਆ ਕੇ ਇਹ ਟਾਪੂ ਨੂਮਾ 'ਚ ਆ ਕੇ ਦਿਨ ਰਾਤ ਰਹਿਣਾ ਬਹੁਤ ਔਖਾ। ਲੀਡਰ ਆਉਂਦੇ ਆ ਗੇੜਾ, ਅਸੀਂ ਵੀ ਬਹੁਤ ਲੀਡਰਾਂ ਨਾਲ ਰਹੇ ਹਾਂ, ਗੇੜਾ ਮਾਰਦੇ ਆ ਆ ਕੇ ਚਲੇ ਜਾਂਦੇ ਆ, ਪਰ ਰਾਣਾ ਇੰਦਰ ਪ੍ਰਤਾਪ ਜੀ ਨੇ ਇੱਥੇ ਇੰਨਾ ਟਾਈਮ ਸਪੈਂਡ ਕੀਤਾ ਵਾ ਵੀ ਦੱਸਿਆ ਨਹੀਂ ਜਾ ਸਕਦਾ, ਔਰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਸੰਗਤ ਦੱਸ ਸਕਦੀ ਆ ਤੁਹਾਨੂੰ, ਪਿੰਡਾਂ ਦੇ ਲੋਕ ਦੱਸ ਸਕਦੇ ਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਹੈਗੇ ਆ, ਇੱਥੋਂ ਦੇ ਇੰਚਾਰਜ ਵੀ ਹੈਗੇ ਸਰਦਾਰ ਸੱਜਣ ਸਿੰਘ ਚੀਮਾ ਜੀ, ਉਹਨਾਂ ਨਾਲ ਨਹੀਂ ਲੋਕਾਂ ਨੇ ਸੰਪਰਕ ਕੀਤਾ? ਸਰਕਾਰ ਵੱਲੋਂ ਕੋਈ ਤੁਹਾਨੂੰ ਸਹਿਯੋਗ, ਅਫਸਰ ਸ਼ਾਹੀ ਵੱਲੋਂ ਕੋਈ ਸਹਿਯੋਗ, ਉਹਨਾਂ ਵੱਲੋਂ ਨਹੀਂ ਸਹਿਯੋਗ ਮਿਲ ਰਿਹਾ ਜਾਂ ਕਿੱਦਾਂ? ਦੇਖੋ ਜੀ, ਉਹਨਾਂ ਨੇ ਜਿੱਦਾਂ ਨਾ ਉਹਨਾਂ ਦਾ ਤਾਂ ਆਪਣੇ ਸੋਚਣੀ ਆ, ਉਹਨਾਂ ਨੇ ਤਾਂ ਮੈਨੂੰ ਲੱਗਦਾ ਕਿ ਉਹ ਕਹਿੰਦੇ ਵੀ ਇਹ ਇਹਨਾਂ ਨੂੰ ਖਰਾਬਾ ਵੀ ਨਹੀਂ ਦੇਣ ਦੀ ਲੋੜ ਹੈ, ਪੈਲੀਆਂ ਹੀ ਮਤਲਬ ਜਿਹੜੀਆਂ ਗੈਰ ਆ, ਇਹ ਮਤਲਬ ਕੋਈ ਇੱਦਾਂ ਦੀਆਂ ਚੀਜ਼ਾਂ ਸੋਚਦੀਆਂ ਸਰਕਾਰਾਂ ਸੋਚਦੀਆਂ। ਰਾਣਾ ਇੰਦਰ ਪ੍ਰਤਾਪ ਸਿੰਘ ਜੀ ਦੀ ਗੱਲ ਕਰ ਲਈਏ, ਉਹਨਾਂ ਦਾ ਸਹਿਯੋਗ ਕਿੱਦਾਂ ਦਾ ਲੱਗਾ? ਤੁਸੀਂ ਮਤਲਬ ਲੋਕ ਕਹਿੰਦੇ ਆ ਸਾਰੇ, ਮਤਲਬ ਜਿਹੜੀ ਗੱਲ ਕਹਿੰਦੇ ਆਵਾਮ ਕਹਿੰਦੀ ਹੋਵੇ ਉਹ ਗੱਲ ਸਹੀ ਹੁੰਦੀ ਹੈ ਕਿ ਇਹਨਾਂ ਨੇ ਵਾਕਈ ਬਹੁਤ ਆ ਕੇ ਬਾਹਰ ਗਏ ਸੀ ਜਦੋਂ ਪਾਣੀ ਆਇਆ, ਅਤੇ ਆਉਂਦਿਆਂ ਹੀ ਮੈਨੂੰ ਲੱਗਦਾ ਆਉਂਦਿਆਂ ਇਹਨਾਂ ਨੇ ਕਾਰਵਾਈ ਕਰਾਈ, ਆਪਦਾ ਉਹ ਬੰਨ ਉੱਥੋਂ ਜਿੱਥੋਂ ਤੋੜਨ ਦੀ ਲੋੜ ਉੱਥੇ ਤੋੜਵਾਇਆ, ਜਿੱਥੇ ਬਣਾਉਣ ਦੀ ਲੋੜ ਉਹ ਬਣਵਾ ਰਹੇ। ਤੁਸੀਂ ਕਹਿੰਦੇ ਹੋ ਅਸੀਂ ਬੰਦੇ ਵਿਚਾਰ ਰਹੇ ਸੀ, ਅਸੀਂ ਲੋਕਾਂ ਦਾ ਨੁਕਸਾਨ ਵਿਚਾਰ ਰਹੇ ਸੀ, ਅਤੇ ਪਰਚਾ ਕਿਉਂ ਹੋਇਆ? ਪਰਚਾ ਗੌਰਮੈਂਟ ਨੇ ਇਸੇ ਕਰਕੇ ਕੀਤਾ ਕਿ ਕਿਉਂ ਚੰਗਾ ਕੰਮ ਕਰਦੇ, ਸੱਚ ਤੋਂ ਸੱਚੇ ਕੰਮ ਤੋਂ ਸੱਚਾ ਕੰਮ ਕਰਦੇ, ਦੁਨੀਆ ਨੂੰ ਬਚਾਉਂਦੇ ਸੀ। ਸਾਰੇ ਲੀਡਰਾਂ ਨੇ ਆ ਕੇ ਸਾਨੂੰ ਲਾਰਿਆ ਨਾ ਮਾਰਿਆ, ਇੱਕੋ ਇੱਕ ਰਾਣਾ ਜੀ ਇਹੋ ਜਿਹਾ ਜਿਨ੍ਹਾਂ ਨੇ ਸਾਨੂੰ ਉਤਾਰਿਆ। ਅੱਜ ਅਗਰ ਇਹ ਨਾ ਹੁੰਦੇ ਇੱਥੋਂ ਦੀ ਦਰਿਆ ਬਣ ਜਾਣਾ ਸੀ, ਅਸੀਂ ਸਾਰਿਆਂ ਨੇ ਖੂਹ 'ਚ ਕਹਿ ਲਓ ਵੀ ਸਾਡਾ ਸਾਰਾ ਕੁਝ ਮਿੱਟੀ ਹੋ ਜਾਣਾ ਸੀ। ਔਰ ਇਕੱਲੇ ਇੱਥੇ ਨਹੀਂ, ਜਿੰਨੀ ਥਾਈ ਵੀ ਤੋੜਾ, ਜਿੱਥੇ ਵੀ ਮਹਾਂਪੁਰਸ਼ਾਂ ਜਾਂ ਸੰਗਤ ਨੇ ਕਿਹਾ ਮਾਝਾ ਕੀ, ਉੱਧਰ ਰਾਜੋਵਾਲ ਕੀ, ਬਾਊਪੁਰ ਕੀ, ਇੱਥੇ ਕੀ, ਉੱਧਰ ਆਓ ਜਿਹੜਾ ਬੰਨ ਵੱਢਿਆ ਸੀ ਉੱਥੇ ਕੀ, ਕਿੱਥੇ ਨਹੀਂ ਪਹੁੰਚੇ, ਔਰ ਕਿੱਥੇ ਇਹਨਾਂ ਨੇ ਪੱਲਿਓਂ ਪੈਸਾ ਨਹੀਂ ਲਾਇਆ, ਇੱਕ ਵੀ ਰੁਪਈਏ ਦੇ ਰਵਾਦਾਰ ਨਹੀਂ ਕੋਲੋਂ, ਡੀਜ਼ਲ ਤੱਕ ਕੋਲੋਂ, ਜਿਹੜੀ ਵੀ ਚੀਜ਼ ਕਿਸੇ। ਸਰਦਾਰ ਸਾਹਿਬ ਅਖਬਾਰਾਂ 'ਚ ਤਾਂ ਇੱਦਾਂ ਹੀ ਗੱਲਾਂ ਸੁਣੀਆਂ ਵੀ ਕਿਤੇ 500 ਕਰੋੜ ਆ ਗਿਆ, ਕਿਤੇ 400 ਕਰੋੜ ਆ ਗਿਆ, MLA ਨੇ ਇੰਨੇ ਖਾ ਲਏ, ਮੰਤਰੀ ਨੇ ਇੰਨੇ ਖਾ ਲਏ, ਕਦੇ ਇਹ ਨਹੀਂ ਸੁਣਿਆ ਵੀ ਕਿਸੇ MLA ਨੇ 1,00,000, 2,00,000, 5,00,000 ਜਾਂ 50,00,000 ਰੁਪਈਆ ਕੋਲੋਂ ਜੇਬ 'ਚ ਲਾ ਦਿੱਤਾ। ਤੋਂ ਪਹਿਲਾਂ ਖਾਣੇ ਰਹੇ ਆ, ਬਹੁਤ ਖਾਧੇ ਆ। ਕਿਹਨਾਂ ਨੇ ਖਾਧੇ ਜੀ?
ਸਾਰੇ ਕਾਂਗਰਸੀਆਂ ਨੇ ਵੀ ਕਾਲੀਆਂ ਨੇ ਵੀ ਸਾਰੇ ਖਾਧੇ ਅੱਜ ਤੱਕ। ਕੌਣ ਕੌਣ ਮੁੱਖ ਨਾਮ ਜੀ? ਨਹੀਂ ਅਸੀਂ ਨਹੀਂ ਲੈਂਦੇ। ਮੁੱਖ ਨਾਮ ਜੀ ਚਲੋ ਸਾਰੇ ਚੋਰਾਂ ਦਾ ਟੋਲਾ ਨਾਮ ਜੀ ਨਵਤੇਜ ਸਿੰਘ ਚੀਮਾ ਪ੍ਰਚਲਿਤ ਨਾਮ ਬਹੁਤ ਰੌਲਾ ਪਿਆ ਵੋਟਾਂ 'ਚ ਕੋਈ ਭੁੱਲ ਨਹੀਂ ਗਈ ਕਿਸੇ ਨੂੰ। ਨਹੀਂ ਪਰ ਉਹ ਤਾਂ ਜੀ ਤੁਸੀਂ ਕਹਿ ਰਹੇ ਉਹ ਤਾਂ ਕਹਿੰਦੇ ਜੀ ਸੇਵਾ ਕੀਤੀ ਹੈ ਬਾਬੇ ਨਾਨਕ ਦੀ ਧਰਤੀ ਸੀ। ਸੇਵਾ ਕਹਿੰਦੇ ਕੋਈ ਪੈਸੇ ਲਾ ਕੇ ਕਰਦਾ ਕੋਈ ਖਾ ਕੇ ਕਰਦਾ ਸੇਵਾ ਹੀ ਕਰਨੀ। ਸੇਵਾ ਹੀ ਕਰਨੀ ਕੋਈ ਖਾ ਕੇ ਕਰੀ ਜਾਂਦਾ ਕੋਈ ਲਾ ਕੇ ਕਰੀ ਜਾਂਦਾ ਸੇਵਾ ਹੀ ਕਰਨੀ। ਤੁਸੀਂ ਐਡਾ ਦਾਵਾ ਕਿੱਦਾਂ ਕਰ ਲਿਆ? ਤੁਸੀਂ ਕੋਈ ਬੈਂਕ ਡਿਟੇਲ ਚੈੱਕ ਕੀਤੀ ਉਹਨਾਂ ਦੀ? ਨਹੀਂ ਜੀ ਸਾਨੂੰ ਪਤਾ ਯਾਰ 20 ਕਿੱਲੇ ਮੇਰੇ ਕੋਲ 400 ਕਿੱਲਾ ਪੈ ਲਈ ਆ। ਮੰਨ ਲਓ ਮੰਡਦੀ ਭਾਵੇਂ ਉਹ ਸਾਡੇ ਕੋਲ ਕੋਠੀ ਅਜੇ ਪਈ ਨਹੀਂ, ਉਹਨੂੰ 15 ਕਿੱਲੇ ਪੈ ਲਈ, ਉਹਨੇ ਕਿੱਦਾਂ 8 ਕਰੋੜ ਦੀ ਕੋਠੀ ਪਾ ਲਈ? ਦੱਸੋ ਕਿੱਥੋਂ ਕਮਾਈ ਆਈ ਉਹਨੇ? 16 ਗੱਡੀਆਂ ਇੰਪੋਰਟੈਂਟ। ਨਹੀਂ ਚੇਅਰਮੈਨ ਸਾਹਿਬ ਤੁਸੀਂ ਗੋਲਕ ਖਾਲੀ ਸ਼ਬਦ ਬੋਲਿਆ, 16 ਗੱਡੀਆਂ ਕੀ ਤੁਸੀਂ? ਨਹੀਂ ਨਹੀਂ ਕੀ ਤੁਸੀਂ ਆਰਸੀਆਂ ਚੈੱਕ ਕੀਤੀਆਂ? ਸੰਗਤ ਸਾਹਮਣੇ ਆ ਜੀ, ਆਰਸੀਆਂ ਦੀ ਲੋੜ ਹੀ ਨਹੀਂ ਜੀ। ਇੱਕ ਹਾਲਤ ਨਹੀਂ ਜੀ, ਜਿਸ ਤਰ੍ਹਾਂ ਭਾਜੀ ਉਹਨਾਂ ਦੱਸਿਆ 4 450 ਕਿੱਲੇ ਦੇ ਮਾਲਕ ਇਹ ਆ, ਤਕਰੀਬਨ 200 ਕਿੱਲੇ ਦੀ ਵਾਈ ਅਸੀਂ ਕਰਦੇ ਹਾਂ, ਮੇਰੇ ਕੋਲ ਤਾਂ ਨਵਾਈ ਤੇਲ ਨਹੀਂ ਪੈਂਦਾ, ਠੀਕ ਹੈ ਨਾ ਜੀ। ਇੱਕ 12 ਕਿੱਲੇ ਵਾਲਾ ਬੰਦਾ ਔਡੀ ਕੀ, ਫਾਰਚੂਨਰ ਕੀ, BMW ਕੀ, 14 ਗੱਡੀਆਂ ਸੀ ਉਸ ਟਾਈਮ ਉਹਦੇ ਕੋਲ। ਦੱਸੋ ਕੀ ਬੈਂਕ ਡਿਟੇਲ ਦੀ ਲੋੜ ਹੈਗੀ? ਕੀ ਕਹਿ ਰਹੇ ਸੀ? ਹੱਥ ਕੰਗਨ ਕੋ ਆਰਸੀ ਕਿਆ, ਪੜ੍ਹੇ ਲਿਖੇ ਕੋ ਫਾਰਸੀ ਕਿਆ, ਸੰਗਤ ਨੂੰ ਪੁੱਛੋ ਦਿਸਦਾ ਨਹੀਂ, ਉਹੋ ਹੀ ਤੇਜ਼ੀ। ਸਾਡੇ ਤੋਂ ਪਿੱਛੇ ਪੜ੍ਹਦਾ ਹੁੰਦਾ ਸੀ, ਸਾਈਕਲ 'ਤੇ ਬਿਠਾ ਕੇ ਮੈਂ ਘਰ ਛੱਡ ਕੇ ਆਉਂਦਾ ਸੀ, ਹਾਂਜੀ। ਅਤੇ ਅੱਜ ਉਹਨੇ ਕੋਈ ਉੱਤੋਂ ਕੋਈ ਉਹ ਜਿੱਦਾਂ ਕਹਿੰਦੇ ਖਜ਼ਾਨਾ ਲੱਭ ਗਿਆ ਕੱਢਿਆ ਹੋਇਆ, ਸੰਗਤ ਦਾ ਹੀ ਆ ਜੀ, ਸੰਗਤ ਦਾ ਹੀ ਆ, ਉਹ ਲੋਕਾਂ ਦਾ ਹੀ ਆ। ਤੁਹਾਡਾ ਤਾਂ ਫਿਰ ਜੇ ਤੁਸੀਂ ਤੇਜ਼ੀ ਨਾਮ ਲੈ ਕੇ ਸੰਬੋਧਨ ਕਰ ਰਹੇ ਹੋ, ਤੁਹਾਡਾ ਤਾਂ ਲੱਗਦਾ ਬਾਹਲਾ ਪਿਆਰ ਪਿਆਰਿਆ ਲੱਗਦਾ। ਮੇਰੀ ਮਾਲਕੀ ਜ਼ਮੀਨ ਜੇ ਰਾਣਾ ਜੀ ਨਾ ਹੁੰਦੇ ਤਾਂ ਖਵਾ ਦੇਣ ਲੱਗਾ ਸੀ, ਏਡਾ ਸਲੱਗ ਪੁੱਤ ਹੈ। ਮਾਲਕੀ ਜ਼ਮੀਨ ਖਰੀਦੀ ਹੋਈ, 17 ਸਾਲ ਤੋਂ ਮੈਂ ਬਾਹਰ ਹਾਂ। ਨਹੀਂ ਪਰ ਲੱਗਦਾ ਰਹਿੰਦਾ ਜਿੱਦਾਂ ਤੁਹਾਡੇ ਬੜੇ ਗੂੜੇ ਦੋਸਤ ਰਹੇ ਉਹ, ਅਤੇ ਉਹ ਦੋਸਤਾਂ ਨੂੰ ਤਾਂ ਉਹਨੇ ਮਾਰਿਆ, ਇੱਥੇ ਪੁੱਛ ਲਓ ਜਿਹੜੇ ਨਾਲ ਸੀ ਆਹ ਖੜੇ ਆ ਖੜੇ ਆ। ਬਜ਼ੁਰਗੋ ਪਤਾ ਨਹੀਂ ਇਹ ਕਿਉਂ ਇੱਦਾਂ ਕਰ ਰਿਹਾ, ਤੁਸੀਂ ਸੱਚ ਦੱਸ ਦਿਓ ਕੀ ਕਹਾਣੀ ਮਾਜਰਾ ਹੈ ਕੀ ਆ ਉਹਨਾਂ ਦਾ? ਸਾਰੀ ਨਹੀਂ ਆ ਜਿਹੜਾ ਜੋ ਇਹ ਗੱਲਾਂ ਕਰ ਰਹੇ ਸੱਚੀਆਂ ਗੱਲਾਂ ਬਹੁਤ ਦੁਖੀ। ਤੁਸੀਂ ਪਤਾ ਗੱਲ ਕੀ, ਹੁਣ ਛੱਡ ਤੋਂ ਮੂੰਹ ਨਾ ਘਵਾਓ, ਤੁਸੀਂ ਇਲੈਕਸ਼ਨ 'ਚ ਨਹੀਂ ਵੇਖਿਆ? ਇੱਕ MLA ਰਿਹਾ ਹੋਵੇ 5 ਸਾਲ, ਤੁਹਾਨੂੰ 17,000 ਵੋਟ ਪਵੇ ਕੋਈ ਭੁੱਲ ਰਹੇਗੀ ਤੁਹਾਨੂੰ? ਇਹ ਸਾਰੇ ਸਾਡੇ ਮੂੰਹੋਂ ਕਦੋਂ ਖਵਾਉਣੇ? ਇਹ 2000 ਜਿੱਤਿਆ ਇਲਾਕੇ ਦਾ ਮੰਤਰੀ, ਜਿੰਨੀ ਪਿਛਲੇ 5 ਸਾਲ ਇਹਦੀ ਨਵਤੇਜ ਚੀਮਾ ਜਾਂ ਤੇਜ਼ੀ ਕਹਿੰਦੇ ਮੈਂ ਨਾ ਕਹਾਂ ਨਵਤੇਜ ਚੀਮਾ, ਜਿੰਨੀ ਕੈਪਟਨ ਅਮਰਿੰਦਰ ਉਹਦੀ ਮੰਨਦਾ ਸੀ ਕਿਸੇ ਦੀ ਨਹੀਂ ਮੰਨਦਾ, ਉਹਨੂੰ ਉਹ ਟਾਈਮ ਰਾਣਾ ਸਾਹਿਬ ਦੀ ਨਹੀਂ ਚੱਲਦੀ ਲਾਗੇ, ਜਿੰਨੀ ਉਹਦੀ ਚੱਲਦੀ ਸਰਬਜੀਤ SHO ਜਿਹੜਾ ਜਦੋਂ ਮਰਜ਼ੀ ਬਦਲਾ ਕੇ ਇੱਥੇ ਲਿਆ ਆਉਂਦਾ ਸੀ ਅਤੇ ਕਿਹੜੇ ਕੰਮ ਨੂੰ ਲਿਆਉਂਦਾ ਸੀ ਪੈਸੇ ਇਕੱਠੇ ਕਰਨ ਨੂੰ? ਕੋਈ ਭੁੱਲ ਨਹੀਂ, ਕੋਈ ਝਿਜਕ ਨਹੀਂ ਬਿਲਕੁਲ ਹੈ। ਅਤੇ ਨਾ ਤੁਹਾਨੂੰ ਵੀ ਬੋਲਾ ਪੁੱਤਰ ਕਰੋ, ਸਿਰਫ ਸੱਤ ਤੋਂ ਖਵਾਉਣੇ ਚੱਲਦੀ ਉਹਨਾਂ ਦੀ ਬਹੁਤ ਸੀ, ਪੈਸੇ ਉਹਨਾਂ ਦੇ ਕੋਲ ਬਹੁਤ ਸੀ, 18 ਗੱਡੀਆਂ ਕਹਿੰਦੇ ਟੋਂ ਟੋਂ ਉਹਨਾਂ ਦੀਆਂ ਕਰਦੀਆਂ ਸੀ, ਉਮੀਦਵਾਰ ਆਜ਼ਾਦ ਜਿੱਤ ਗਿਆ। ਇਹੋ ਗੱਲ ਫਿਰ ਪਤਾ ਗੱਲ ਗਿਆ, ਅਗਲੀ ਗੱਲ ਨਹੀਂ ਜੀ ਹੁਣ ਰਹਿ ਗਈ, ਲੋਕ ਅਗਲੇ ਜਿੰਨੇ ਬੇਵਕੂਫ ਨਹੀਂ ਰਹਿ ਗਏ, ਜਿੰਨੇ ਪਹਿਲਾਂ ਲੋਕਾਂ ਨੂੰ ਸਿਆਸੀ ਲੋਕ ਬਣਾ ਲੈਂਦੇ ਸੀ ਨਾ, ਹੁਣ ਲੋਕ ਬਹੁਤ ਸਿਆਣੇ ਹੋ ਗਏ ਆ ਬਿਲਕੁਲ। ਆ ਮੂੰਹ 'ਤੇ ਕਿਉਂ ਕਹਿਣ ਡਿਆ? ਅਸੀਂ ਮੈਨੂੰ ਨਹੀਂ ਡਰ ਵੀ ਮੈਂ ਯਾਰ ਮਾੜਾ ਮੋਟਾ ਸੱਜਣ ਚੀਮੇ ਦੇ ਨਾਲ ਤੁਰਿਆ ਫਿਰਦਾ, ਮੈਨੂੰ ਕੱਲ੍ਹ ਨੂੰ ਕੀ ਕਹੂਗਾ ਨਾ, ਲੋਕ ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਕਰਨ ਲੱਗ ਪਏ ਆ। ਕੋਈ ਮਰਜ਼ੀ ਜਿਹੜੀ ਮਰਜ਼ੀ ਪਾਰਟੀ ਹੋਵੇ, ਜਿਹੜਾ ਮਰਜ਼ੀ MLA ਹੋਵੇ, ਲੋਕਾਂ ਨੂੰ ਜ਼ੋਰ ਅੱਗੇ ਜੀ, ਤੁਸੀਂ ਘਬਰਾਉਂਦੇ ਨਹੀਂ, ਸਰਕਾਰ ਤੁਹਾਡੀ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਜੀ ਮੁੱਖ ਮੰਤਰੀ, ਜਿੰਦਾਬਾਦ ਜਿੰਦਾਬਾਦ ਰੋਜ਼ ਹੁੰਦੀ ਆ। ਸੱਜਣ ਸਿੰਘ ਚੀਮਾ ਜੀ ਕਿਤੇ ਤੁਸੀਂ ਵੀ ਲੰਬੜਦਾਰੀ ਕੋਲ ਲੈਣੀ ਹੋਣੀ ਆ ਜਾਂ ਚਲਾਣ 'ਚ ਨੂੰ ਛੁਡਾਉਣਾ, ਕਿੱਥੇ ਪੰਗਾ ਲਈ ਜਾਂਦੇ ਰਾਣਾ ਇੰਦਰ ਪ੍ਰਤਾਪ ਜੀ ਉਹਨਾਂ ਕਰਕੇ? ਪਤਾ ਜੀ ਗੱਲ ਕੀ, ਦੁੱਖ ਕੀ ਆ, ਜਿਹੜੇ ਚਲਾਣ ਆ ਨਿੱਕੇ ਮੋਟੇ ਦਾ, ਇਹ ਤਾਂ ਛੱਡੋ ਗੱਲ। ਹੁਣ ਮਸਲ ਕੀ ਆ, 12,000 ਖਰਾਬਾਂ ਮਿਲਦਾ ਸਾਨੂੰ, ਐਤਕੀ ਆਪ ਐਲਾਨ ਕੀਤਾ ਸੀਗਾ ਵੀ 15,000 ਖਰਾਬਾਂ ਮਿਲੂਗਾ, 6,800 ਦਾ ਐਲਾਨ ਆਇਆ, ਅਜੇ ਮਿਲਿਆ ਨਹੀਂ, ਵੈਸੇ ਐਲਾਨ 6,800 ਦਾ ਆਇਆ, 5 ਕਿੱਲਿਆਂ ਤੋਂ ਵੱਧ ਐਲਾਨ ਨਹੀਂ ਵੀ ਮਿਲਣੇ। ਇੱਕ ਬੰਦਾ ਮੰਨ ਲਓ ਅਸੀਂ 400 ਕਿੱਲਾ ਆਉਂਦੇ ਹਾਂ, ਮੰਨ ਲਓ ਮੈਂ ਤਾਂ ਆਪ ਪਹੁੰਚ ਹੋਊਂਗਾ, ਵੋਟਾਂ ਤੁਸੀਂ ਠੋਕ ਕੇ ਪਵਾਈਆਂ ਹੋਣ ਲੋਕਾਂ ਨੂੰ, ਜਿਨ੍ਹਾਂ ਨੂੰ ਤੁਸੀਂ 5, 10, 20, 2,000 ਵੋਟ ਪਵਾਈ ਹੋਊਗੀ, ਉਹਨਾਂ ਨੂੰ ਤੁਹਾਨੂੰ ਵੀ ਤਾਂ ਪੁੱਛਦੇ ਹੋਊਗੇ ਵੀ ਸਰਦਾਰ ਸਾਹਿਬ ਹੁਣ ਦੱਸੋ? ਨਹੀਂ ਪਤਾ ਚੱਲ ਗਈ ਆ, ਵੋਟਾਂ ਪਾਈਆਂ ਪਰ ਜੇ ਨਹੀਂ ਕਮਾਈਆਂ, ਮੰਨ ਲਓ ਜੇ ਮਾਲ ਵੋਟਾਂ ਪਾਈਆਂ ਜਿਨ੍ਹਾਂ ਨੇ, ਜੇ ਵੋਟਾਂ ਪਾਈਆਂ ਤਾਂ ਸਰਕਾਰ ਬਣੀ ਵੀ ਆ, ਪਰ ਗਾਂ ਜੇ ਉਹ ਕੰਮ ਕਰਨਗੇ ਤਾਂ ਲੋਕ ਮੁੱਲ ਪਾਉਣਗੇ। ਸਰਦਾਰ ਜੀ ਅਕਾਲੀ ਦਾ ਸੱਚਾਈ ਸੁਣ ਲਓ ਖਰਾਬੇ ਦੀ, ਕਪੂਰਥਲੇ ਜ਼ਿਲ੍ਹੇ ਦਾ ਖਰਾਬੇ 'ਚ ਨਾ ਹੀ ਨਹੀਂ ਆਇਆ ਰਾਣਾ ਜੀ ਨੇ ਕਹਿ ਕੇ, ਅਤੇ ਉਦੋਂ ਫਿਰ ਜਦੋਂ ਪੂਰਾ ਹੋਇਆ ਤਾਂ ਫਿਰ ਥੋੜ੍ਹੇ ਬਹੁਤ ਪੈਸੇ ਪਏ ਆ, ਕਪੂਰਥਲੇ ਜ਼ਿਲ੍ਹੇ ਦਾ ਲਿਸਟ ਕੱਢ ਲਓ TV ਦੇ ਉੱਤੇ, ਨਾ ਹੀ ਨਹੀਂ ਆਇਆ। ਭਾਅ ਜੀ ਇਹ ਗੱਲ, ਭਾਅ ਜੀ ਸਰ ਇਹ ਗੱਲ ਦੱਸੋ, ਇਹ ਅਨੋਖੀ ਜਿਹੀ ਨਹੀਂ ਗੱਲ ਦੱਸਦੀ ਆ, ਕਹਿੰਦੇ ਜ਼ਿਲ੍ਹੇ ਦਾ ਨਾਮ ਨਹੀਂ ਆਇਆ, ਇੱਦਾਂ ਕਿੱਦਾਂ ਹੋ ਸਕਦਾ ਜੀ? ਇਹ ਸੱਚ ਹੈ, ਇਹ ਸੱਚ ਕਹਿ ਰਹੇ ਜੀ? ਬਿਲਕੁਲ ਸਹੀ ਕਹਿ ਰਹੇ, ਪੰਜਾਬ ਸਰਕਾਰ ਦੇ ਆਂਕੜਿਆਂ ਦੇ ਹਿਸਾਬ ਨਾਲ 6,00,000 ਏਕੜ ਦਾ ਨੁਕਸਾਨ ਹੋਇਆ ਪੂਰੇ ਪੰਜਾਬ 'ਚ, ਅਤੇ 51,000 ਏਕੜ ਕਪੂਰਥਲੇ ਜ਼ਿਲ੍ਹੇ ਦਾ, ਉਹਦੇ 'ਚੋਂ 41,000 ਏਕੜ ਸੁਲਤਾਨਪੁਰ ਦੇ ਵਿੱਚ ਸਰਕਾਰੀ ਰਿਕਾਰਡ ਦੇ ਹਿਸਾਬ ਨਾਲ ਸਿਰਫ ਉਹ ਖਰਾਬਾ ਆ ਜਿਹਦੇ 'ਚ ਪਾਣੀ ਤੁਰਿਆ ਫਿਰਦਾ।
ਉਹ ਜੇ ਏਰੀਆ ਕੈਲਕੂਲੇਟ ਕਰਾਂਗੇ ਤਾਂ ਹੋਰ 15-20 ਹਜ਼ਾਰ ਏਕੜ ਘੱਟੋ ਘੱਟ ਏਰੀਆ 20 ਹਜ਼ਾਰ ਏਕੜ ਹੈਗਾ ਉਹ 60-70 ਹਜ਼ਾਰ ਏਕੜ ਪੰਜਾਬ ਦਾ 12-13% ਖਰਾਬਾ ਸਿਰਫ ਖਰਾਬ ਜਿਹੜੀ ਤੁਹਾਡੇ ਜ਼ਿਲ੍ਹੇ ਨਾਲ ਬਿਤਕਰਾ ਕਿਉਂ ਉਹ ਸਾਡੇ ਇਲਾਕੇ 'ਚ ਹੋਈ ਹੈ ਅਤੇ ਸਾਡਾ ਨਾਂ 18 ਜ਼ਿਲ੍ਹਿਆਂ 'ਚ ਸੀਗਾ ਹੀ ਨਹੀਂ ਕਪੂਰਥਲੇ ਦਾ ਪਹਿਲੀ ਜਿਹੜੀ 283 ਕਰੋੜ ਦੀ ਲਿਸਟ ਆਈ ਅਤੇ ਫਿਰ ਮੁੱਦਾ ਚੱਕਿਆ ਤਾਂ 30 ਕਰੋੜ ਰੁਪਈਆ ਸਰਕਾਰ ਨੇ ਦਿੱਤਾ ਪਰ 30 ਕਰੋੜ ਨਾ ਹੋਣਾ ਕੁਛ ਨਹੀਂ 6500 ਰੁਪਈਏ ਨਾਲ ਤਾਂ ਅੱਜ ਦੀ ਡੇਟ 'ਚ ਲਵਾਈ ਦੇ ਹੀ ਖਰਚੇ ਮਸੀ ਪੂਰੇ ਹੁੰਦੇ ਆ ਖਾਦ ਵਗੈਰਾ ਤਾਂ ਅਲੈਦਾ 80-85 ਹਜ਼ਾਰ ਰੁਪਈਆ ਨੁਕਸਾਨ ਹੋਇਆ ਨੁਕਸਾਨ ਕਿਉਂ ਆ ਇਹ ਸਰਕਾਰ ਦੀ ਨਲੇਕੀ ਕਰਕੇ ਹੋਇਆ ਇਹ ਕੋਈ ਬਾਰਿਸ਼ਾਂ ਨਹੀਂ ਆ ਇਹ ਕੋਈ ਫਲੱਡ ਨਹੀਂ ਆ ਇੱਕ ਦਿਨ ਤੁਸੀਂ 20 ਹਜ਼ਾਰ ਕਿਊਸਿਕ ਪਾਣੀ 30 ਹਜ਼ਾਰ ਕਿਊਸਿਕ ਛੱਡ ਰਹੇ ਹੋ ਉਹਦੇ ਤੋਂ ਬਾਅਦ 2 ਲੱਖ ਕਿਊਸਿਕ ਇੱਕ ਦਿਨ ਪਰ ਸੀਐਮ ਸਾਹਿਬ ਨੇ ਕਿਹਾ ਵੀ ਇਹ ਕੁਦਰਤੀ ਆਫਤ ਆ ਇਹ 'ਚ ਹੁਣ ਅਸੀਂ ਕਰੀਏ ਕੀ ਅਸੀਂ ਇੱਦਾਂ ਆ 2-2 ਲੱਖ ਕਿਊਸਿਕ ਪਾਣੀ ਛੱਡਿਆ ਇੱਕ ਬੇਲਦਾਰ ਨੂੰ ਲਾ ਦਈਏ ਨਾ ਉਹੀ ਦੱਸ ਦੂਗਾ ਵੀ ਭਾਅ ਜੀ ਪਾਣੀ ਛੱਡਣ ਵਾਲਾ ਛੱਡ ਦਿਓ ਸਰਕਾਰ ਨੇ ਪਹਿਲਾਂ ਪਾਣੀ ਛੱਡਿਆ ਨਹੀਂ ਇੱਕ ਦਿਨ ਇੰਨਾ ਪਾਣੀ ਛੱਡਿਆ ਅਤੇ ਅਸੀਂ ਡੁੱਬ ਗਏ ਹਾਂ ਇਹ ਪਾਣੀ ਕੁਦਰਤੀ ਛੱਡੋ ਜਨਵਰੀ ਮਹੀਨੇ 'ਚ ਛੱਡ ਕੇ ਵੇਖ ਲਓ ਸਾਰਾ ਪੰਜਾਬ ਡੁੱਬ ਜੂਗਾ ਮਸਲਾ ਇਹ ਆ ਸਾਡੀ ਨਹਿਰਾਂ ਦੀ ਕੈਰਿੰਗ ਕਪੈਸਿਟੀ ਕਿੰਨੀ ਆ ਬਿਆਸ ਦਰਿਆ 'ਚੋਂ ਪਾਣੀ ਜਾਂਦਾ ਸਤਲੁਜ 'ਚੋਂ ਪਾਣੀ ਜਾਂਦਾ ਉਹਦੀ ਕੈਰਿੰਗ ਕਪੈਸਿਟੀ ਕਿੰਨੀ ਆ ਉਹਦੇ ਹਿਸਾਬ ਨਾਲ ਪਿੱਛੋਂ ਪਾਣੀ ਛੱਡਣਾ ਚਾਹੀਦਾ ਮੈਂ ਤਾਂ ਵਿਧਾਨ ਸਭਾ 'ਚ ਸਵਾਲ ਅੱਜ ਤੋਂ 6 ਮਹੀਨੇ ਪਹਿਲਾਂ ਕਿਹਾ ਸੀ ਕਿ ਵੀ ਜਿੱਦਣ ਬਿਆਸ ਦਰਿਆ 'ਚ 60 ਹਜ਼ਾਰ ਕਿਊਸਿਕ ਤੋਂ ਪਾਣੀ ਵੱਧ ਆਉਣਾ ਸਾਡਾ ਇਲਾਕਾ ਡੁੱਬਣਾ ਅਤੇ ਪਾਣੀ ਆਇਆ 2 ਲੱਖ ਕਿਊਸਿਕ ਅਤੇ ਮੈਂ ਕੁਐਸਚਨ ਲਾਇਆ ਹੋਇਆ ਉਹਦਾ ਅਜੇ ਤੱਕ 1 ਸਾਲ 'ਚ ਪੰਜਾਬ ਸਰਕਾਰ ਤੋਂ ਜਵਾਬ ਨਹੀਂ ਦਿੱਤਾ ਗਿਆ ਕਿ ਬਿਆਸ ਦਰਿਆ ਦੀ ਕੈਰਿੰਗ ਕਪੈਸਿਟੀ ਪਾਣੀ ਦੀ ਦੱਸ ਦਿਓ ਸਾਨੂੰ ਕਿੰਨੀ ਹੈਗੀ ਆ ਅਸੀਂ ਮੰਨ ਲਾਂਗੇ ਇਸ ਤੋਂ ਬਾਅਦ ਉੱਤੇ ਪਾਣੀ ਆਊਗਾ ਅਸੀਂ ਡੁੱਬਣਾ ਹੀ ਡੁੱਬਣਾ ਸੋ ਅੱਜ ਤੱਕ ਉਸ ਚੀਜ਼ ਦਾ ਵੀ ਜਵਾਬ ਨਹੀਂ ਮਿਲ ਪਾਇਆ ਮਹਾਰਾਜ ਪਹਿਲਾਂ ਤਾਂ ਪਾਣੀ ਰੋਕ ਲੈਂਦੇ ਆ ਫੇਰ ਛੱਡ ਕੇ ਸਾਨੂੰ ਡੋਬ ਦਿੰਦੇ ਆ ਜਦੋਂ ਇਹ ਚੰਗੀ ਤਰ੍ਹਾਂ ਡੁੱਬ ਜਾਂਦੇ ਆ ਫਿਰ ਦਰ ਚੱਕ ਕੇ ਤਾਂ ਅਗਲਿਆਂ ਨੂੰ ਡੋਬ ਦਿੰਦੇ ਆ ਕੀ ਗੱਲ ਇਹਨਾਂ ਨੂੰ ਕੁਰਸੀਆਂ 'ਤੇ ਬੈਠੇ ਇੰਨਾ ਨਹੀਂ ਪਤਾ ਕਿ ਕਿੰਨਾ ਆਉਣਾ ਅਤੇ ਕਿੰਨਾ ਲੰਘਣਾ ਕਿੰਨਾ ਜਾਣਾ ਭਾਖੜਾ ਵਾਲੇ ਜਿਹੜੇ ਸੀਗੇ ਤੁਸੀਂ ਇੱਥੇ ਸਾਰੇ ਹੀ ਲੱਗੇ ਹੋ ਰਾਤ ਦਿਨ ਕੰਮ ਕਰਨ ਹਾਂਜੀ ਅਤੇ ਤੁਸੀਂ ਆਪਣੇ ਹਲਕਾ ਇੰਚਾਰਜ ਸਰਕਾਰ 'ਚ ਆ ਉਹਨਾਂ ਨੂੰ ਨਹੀਂ ਪੁੱਛਣ ਜਾਂਦੇ ਜਾਂ ਜਿਹੜੇ ਇੱਥੇ ਅਕਾਲੀ ਦਲ ਤੋਂ ਜਾਂ ਜਿਹੜੇ ਅਕਾਲੀ ਦਲ ਦੇ ਵਰਕਰ ਆ ਉਹ ਆਪਣੇ ਲੀਡਰ ਕੋਲ ਨਹੀਂ ਜਾਂਦੇ ਜਾਂ ਜਿਹੜੇ ਤੁਸੀਂ ਕਾਂਗਰਸੀ ਹੋ ਤੁਸੀਂ ਆਪਣੇ ਲੀਡਰ ਕੋਲ ਨਹੀਂ ਜਾਂਦੇ ਤੁਸੀਂ ਸਾਡੇ ਕੋਲ ਲੀਡਰ ਸਾਡਾ ਮਤਲਬ ਦਾ ਆ ਗਿਆ ਜੀ ਅਸੀਂ ਨਹੀਂ ਜਾਣਾ ਕਿਸੇ ਕੋਲ ਦੂਜੀ ਗੱਲ ਅਸੀਂ ਜਾਨ ਬਚਾਈਏ ਕਿ ਉਹਨਾਂ ਕੋਲ ਜਾ ਕੇ ਧੱਕੇ ਖਾਈਏ ਅਸੀਂ ਆਪਣਾ ਆਪ ਸੰਭਾਲੀਏ ਉਹਨਾਂ ਨੂੰ ਆਉਣਾ ਚਾਹੀਦਾ ਵੀ ਸਾਡੇ ਤੋਂ ਆਫਤ ਆਈ ਆ ਹੱਥਾਂ ਪੈਰਾਂ ਦੀ ਪਈ ਆ ਜਿਉਂ ਨਹੀਂ ਕਿਹਾ ਸਾਡੇ ਕੋਲ ਤਾਂ ਕੋਈ ਆਇਆ ਨਹੀਂ ਅਸੀਂ ਕੀ ਕਰੀਏ ਅਤੇ ਅਸੀਂ ਜਾਈਏ ਉਹਨਾਂ ਕੋਲ ਵੋਟਾਂ ਬਾਰੇ ਨਹੀਂ ਦੱਸਦਾ ਉਹਨਾਂ ਨੂੰ ਸੱਜਣ ਸਿੰਘ ਚੀਮੇ ਨੂੰ ਕੀ ਗੱਲ ਹੈ ਸੱਜਣ ਸਿੰਘ ਚੀਮਾ ਵੀ ਇੱਥੇ ਆ ਸਕਦਾ ਇੱਥੇ ਕੀ ਇਹ ਸਰਦਾਰ ਇਹ ਜਾਣ ਮਤਲਬ ਅਸੀਂ ਕਿਵੇਂ ਚੱਲ ਜਾਈਏ ਜੀ ਅਸੀਂ ਆਪਦਾ ਜੀਵ ਜੰਤ ਵੀ ਬਚਾਉਣਾ ਅਸੀਂ ਆਪਦਾ ਘਰ ਵੀ ਚਲਾਉਣਾ ਮਤਲਬ ਅਸੀਂ ਅੱਜ ਬੰਨ ਵੀ ਬੰਨਣ ਦੇ ਜੀ ਅਸੀਂ ਸੱਜਣ ਸਿੰਘ ਚੀਮੇ ਲੈ ਜਾਈਏ ਕਿ ਉਹ ਸਾਡੇ ਲਿਆਉਣਾ ਚਾਹੀਦਾ ਜੀ ਸਰਕਾਰ 'ਚ ਤਾਂ ਜੀ ਉਹ ਕਹਿੰਦੇ ਇੱਥੋਂ ਦੇ ਹੁਣ ਇੰਚਾਰਜ ਹੈਗੇ ਆ ਇੰਚਾਰਜ ਹੋਣਗੇ ਜੀ ਸਾਡਾ ਇੰਚਾਰਜ ਤਾਂ ਖੜਾ ਹੈ ਬਿਲਕੁਲ ਨਹੀਂ ਸਾਡਾ ਇੰਚਾਰਜ ਸਾਰਾ ਕੁਝ ਖੜਾ ਸਾਡਾ ਇੰਚਾਰਜ ਖੜਾ ਹੈ ਅਸੀਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਦਾ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਅੱਜ ਤੋਂ ਤਕਰੀਬਨ 2-2.5 ਮਹੀਨੇ ਹੋ ਗਏ ਤੋੜ ਬੰਨਦਿਆਂ ਨੂੰ ਪਰ ਜਿੰਨੀਆਂ ਸਮੁੱਚੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਸੰਤ ਮਹਾਂਪੁਰਸ਼ ਉਹਨਾਂ ਦੇ ਸਹਿਯੋਗ ਦੇ ਨਾਲ ਅਤੇ ਸਭ ਤੋਂ ਵੱਡਾ ਸਾਡਾ ਸਹਿਯੋਗ ਰਾਣਾ ਸਾਹਿਬ ਜੀ ਨੇ ਦਿੱਤਾ ਜਿਹੜਾ ਕੰਮ ਆਪਾਂ ਜਿੱਥੇ ਹੁਣ ਖਲੋਤੇ ਹਾਂ ਆਹ ਜਿਹੜਾ ਵਰਮਾ ਚੱਲ ਰਿਹਾ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਆਹ ਅਸੀਂ ਤਕਰੀਬਨ 2 ਮਹੀਨਿਆਂ ਦੇ ਵਿੱਚ ਬਣਨਾ ਸੀ ਜਿਹੜਾ ਇਹ ਹਫ਼ਤੇ ਦੇ ਅੰਦਰ ਅੰਦਰ ਇੰਨਾ ਤੁਹਾਡੇ ਸਾਹਮਣੇ ਜਿੰਨਾ ਪਾੜੇ ਪੂਰਿਆ ਗਿਆ ਜੀ ਸਰ ਤੁਸੀਂ ਪੜ੍ਹੇ ਲਿਖੇ ਹੋ ਅਮਰੀਕਾ 'ਚ ਪੜ੍ਹੇ ਹੋ ਚੰਗੇ ਘਰ 'ਚ ਜਨਮ ਲਿਆ ਚੰਗੀਆਂ ਜਿਹੜੀਆਂ ਸ਼ੌਂਕ ਪੂਰੇ ਕੀਤੇ ਕਿੱਦਾਂ ਲੱਗਦਾ ਜੀ ਕਦੇ ਰੇਤੇ 'ਤੇ ਕਦੇ ਮਿੱਟੀ 'ਤੇ ਕਦੇ ਚਿੱਟਾ ਕੁੜਤਾ ਕਾਲਾ ਹੋ ਗਿਆ ਕਦੇ ਜੁੱਤੀ ਗਿੱਲੀ ਹੋ ਗਈ ਕੁਛ ਕਦੇ ਲੱਗਦਾ ਤਾਂ ਨਹੀਂ ਵੀ ਕਿਹੜੇ ਪੰਗੇ ਪੁੰਗੇ 'ਚ ਫਸ ਗਏ ਮੈਂ ਤਾਂ ਜਵਾਨੀ 'ਚ ਰਿਹਾ ਹੀ ਖੇਤਾਂ 'ਚ ਗਿਆ ਅਤੇ ਇਹ ਤਾਂ ਵਿਚਕਾਰ ਕਿਤੇ ਅਮਰੀਕਾ ਪੜ੍ਹਨ ਪੁੜਨ ਚਲੇ ਗਏ ਪੜ੍ਹਿਆ ਵੈਸੇ ਮੈਂ ਬਾਲਾ ਹੈ ਨਹੀਂ ਪੜ੍ਹਨ ਨੂੰ ਇੱਦਾਂ ਦਾ ਹੀ ਸੀ ਕੰਮ ਜੀ ਸੋ ਜਿੱਦਾਂ ਦੇ ਪਹਿਲਾਂ ਸੀ ਉੱਦਾਂ ਦੇ ਹੀ ਹੋਣੇ ਆ ਐਮ ਐਲ ਏ ਬਣਨ ਤੋਂ ਮਰ ਕੀ ਕਿੱਦਾਂ ਲੱਗਦਾ ਫਸੇ ਫਸੇ ਲੱਗਦੇ ਹੋ ਕਿ ਚੰਗੇ ਚੰਗੇ ਲੱਗਦੇ ਹੋ ਸੁਲਤਾਨਪੁਰ ਆ ਕੇ ਸਵਾਦ ਆ ਜਾਂਦਾ ਜੇ 3 ਦਿਨ ਇੱਥੇ ਲਾਉਂਦਾ ਤਾਂ ਮੈਨੂੰ ਨਹੀਂ ਪਤਾ ਲੱਗਦਾ ਵੀ ਦਿਨ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਮੁੱਕਿਆ ਲੋਕਾਂ ਦਾ ਪਿਆਰ ਹੀ ਬਹੁਤ ਅੱਜ ਮੈਂ ਤੁਹਾਡੇ ਦਫ਼ਤਰ ਗਿਆ ਜੀ ਉੱਥੇ ਬੜਾ ਵੱਡਾ ਇਕੱਠ ਸੀ ਸਰਦਾਰ ਸਾਹਿਬ ਤੁਸੀਂ ਇੱਥੇ ਸੀ ਮੈਂ ਦਫ਼ਤਰ ਜਾ ਕੇ ਆਇਆ ਤੁਸੀਂ ਸਾਰੇ ਗੱਲ ਸੁਣ ਲਿਓ
ਉੱਥੇ ਕਈ ਇਹੋ ਜਿਹੇ ਪਰਿਵਾਰ ਆ ਰਹੇ ਆ ਵੀ ਬੱਚੇ ਬੱਚੀ ਦਾ ਛੱਡ ਛਡਾਈ ਆ, ਉਹ ਇਹਨਾਂ ਨੂੰ ਕਹਿ ਰਿਹਾ ਜੀ ਸਾਡਾ ਨਿਬੇੜਾ ਕਰਾ ਦਿਓ। ਕਿਸੇ ਦੀ ਜ਼ਮੀਨ ਦਾ ਰੌਲਾ ਉਹ ਕਹਿੰਦੇ ਕਰਾ ਦਿਓ, ਕਿਸੇ ਦੇ ਕੋਈ ਪਰਚਿਆਂ ਦਾ ਰੌਲਾ ਇਹ ਕਰਾ ਦਿਓ। ਇਹ ਉਹਨਾਂ ਦੀ ਬਾਂਹ ਫੜਦੇ ਸੀਗੇ, ਇੱਕ ਸਾਈਡ 'ਤੇ ਕਮਰਾ ਜਿਹਾ ਬੜਿਆ ਜੀ, ਉੱਥੇ ਦੋਨਾਂ ਦੀ ਰਾਣੋਂ ਲਿਆਉਂਦੇ ਸੀ ਅਤੇ ਬਾਹਰ ਜੱਫੀ ਪੈ ਕੇ ਆਉਂਦੀ ਸੀ। ਇਹ ਕਹਾਣੀ ਕਹਾਣੀ ਨਹੀਂ ਸਮਝ ਲੱਗੀ, ਸੱਚੀ ਸੇਵਾ ਕਹਿੰਦੇ ਆ ਇਹ, ਅਸਲੀ ਸੇਵਾ ਨਹੀਂ ਕਰਦੇ ਕੀ ਸੀ ਜੀ, ਅੰਦਰੋਂ ਤਾਂ ਵੜਦੇ ਤਾਂ ਇੱਦਾਂ ਸੀ ਵੀ ਜਿੱਦਾਂ ਕੱਪੜੇ ਪਾੜ ਕੇ ਬਾਹਰ ਆਉਣੇ ਆ, ਪਰ ਜੱਫੀ ਪੈ ਕੇ ਬਾਹਰ ਆਉਂਦੀ ਸੀ। ਕੰਨ 'ਚ ਕੀ ਕਹਿੰਦੇ ਸੀ ਤੁਸੀਂ ਉਦੋਂ ਉਹਨਾਂ ਨੂੰ? ਮੈਂ ਉਹ ਸ਼ਾਰਟ ਵੀ ਦਿਖਾਓ, ਵੀ ਉਹ ਵੀ ਦਿਖਾ ਦਿਓ ਇਹਦੇ ਵਿੱਚ ਜਦੋਂ ਦਫ਼ਤਰ ਦੇ ਸ਼ਾਰਟ ਕੀ ਕਰਦੇ ਸੀ। ਮੈਂ ਹਮੇਸ਼ਾ ਇਸ ਚੀਜ਼ 'ਚ ਬਿਲੀਵ ਕਰਦਾ ਕਿ ਗੱਲ ਕੁਛ ਵੀ ਨਹੀਂ ਹੁੰਦੀ ਅਤੇ ਬਹੁਤ ਵੱਡੀ ਬਣ ਜਾਂਦੀ ਆ, ਅਤੇ ਦੋਵਾਂ ਧਿਰਾਂ ਨੂੰ ਸਮਝਾਇਆ ਜਾਵੇ ਅਤੇ ਰਾਜ਼ੀਨਾਮਾ ਕਰਾਇਆ ਜਾਵੇ ਅਤੇ ਸਲਿਊਸ਼ਨ ਨਿਕਲ ਜਾਂਦਾ। ਸੋ ਸਲਿਊਸ਼ਨ ਕੱਢੀ ਦੇ ਆ, ਜਿਹੜਾ ਸਹੀ ਉਹਨੂੰ ਸਹੀ ਕਹਿ ਦਿਓ, ਜਿਹੜਾ ਗਲਤ ਨੂੰ ਗਲਤ ਕਹਿ ਦਿਓ। ਗਲਤ ਵਾਲੇ ਨੂੰ ਪਤਾ ਹੁੰਦਾ ਮੈਂ ਗਲਤ ਹਾਂ, ਅਤੇ ਬੰਦਾ ਚਾਹੀਦਾ ਹੁੰਦਾ ਨੇੜੇ ਕਰਾਉਣ ਵਾਲਾ। ਕੀ ਕਹੋਗੇ ਜੀ ਲਾਸਟ, ਫਿਰ ਆਪਾਂ ਸਮਾਪਤੀ ਲਈ? ਇਹਨੂੰ ਕਹਿੰਦੇ ਆ ਜੀ ਸੱਚੀ ਸੇਵਾ, ਅਤੇ ਸੱਚ 'ਤੇ ਖੜਨਾ, ਅਤੇ ਸੱਚ ਨੂੰ ਤਾਂ ਆਂਚ ਆਉਂਦੀ ਹੁੰਦੀ, ਪਰ ਸਮੂਹ ਸੰਗਤ ਇਹਨਾਂ ਦੇ ਨਾਲ ਆ, ਅਸੀਂ ਇਹਨਾਂ ਦੇ ਨਾਲ ਹਾਂ, ਜਿੱਥੇ ਜਾਣਗੇ ਉੱਥੇ ਜਾਵਾਂਗੇ, ਜੋ ਇਹਨਾਂ ਨੂੰ ਕਿਸੇ ਨੇ ਕਰਨਾ ਕਰ ਲਵੇ, ਅਸੀਂ ਛਾਤੀ ਤਾਣ ਕੇ ਅੱਗੇ ਖੜੇ ਹੋਵਾਂਗੇ। ਜਿਹੜੇ ਪਾਵਰ ਦੇ ਵਿੱਚ ਆ ਜੀ ਇਸ ਵੇਲੇ ਆਮ ਆਦਮੀ ਪਾਰਟੀ ਵਾਲੀ, ਇਹ ਤੁਹਾਡੇ ਨਾਲ ਵੀ ਗੱਲ ਕਰਦੀ ਹੈ ਜੀ, ਤੁਹਾਡੀ ਚੜ੍ਹਾਈ ਆ ਇਸ ਵੇਲੇ ਪੰਜਾਬ 'ਚ, ਦੂਤੀ ਬੋਲਦੀ ਆ, 92 MLA ਆ ਤੁਹਾਡੇ ਕੋਲ, ਮੁੱਖ ਮੰਤਰੀ ਸਾਹਿਬ ਵੀ ਤੁਹਾਡੇ ਕੋਲ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਕਹਿਣਾ ਚਾਹੁੰਦੇ, ਇੱਕ ਦਿਨ ਗੁਰਦੁਆਰਾ ਸਾਹਿਬ ਸ਼ੁਰੂ ਕੀਤਾ ਸੀ, ਜਦੋਂ ਆਰੰਭ ਕੀਤਾ ਸੀ ਉਦੋਂ ਥੋੜ੍ਹੀਆਂ ਜਿਹੀਆਂ ਸਿਆਸੀ ਦੂਸ਼ਣਬਾਜ਼ੀਆਂ ਲਾਉਣ ਲੱਗੇ ਸੀਗੇ ਸਾਡੇ ਲੀਡਰ ਕੋਈ। ਮੈਂ ਕਿਹਾ ਵੀ ਆਹ ਜਿਹੜਾ ਬੰਨ ਆ ਪਿੱਛੇ, ਇਹ ਕੈਰੋਂ ਸਾਹਿਬ ਨੇ ਬੱਧਾ, ਸਾਡੇ ਬੱਚਿਆਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਉਹ ਕਿਹੜੀ ਪਾਰਟੀ ਦੇ, ਕਾਂਗਰਸੀ ਕਿ ਅਕਾਲੀ, ਅੱਜ ਲੋਕ ਬੱਚਾ ਬੱਚਾ ਯਾਦ ਕਰਦੇ ਕੈਰੋਂ ਪ੍ਰਤਾਪ। ਜਿਹੜੀਆਂ ਪਿਛਲੀਆਂ ਗੱਲਾਂ ਨਹੀਂ ਬਣਨੀਆਂ, ਜੇ ਉਹ ਸਤਾ 'ਚ ਵਾ, ਮੈਂ ਵੀ ਵਿਰੋਧ ਵੀ ਬੋਲਦਾ, ਜੇ ਸਤਾ 'ਚ 4 ਸਾਲ ਹੈਗੇ, ਜੇ ਕੁਛ ਕਰਨਗੇ ਤਾਂ 92 ਰਹਿਣਗੇ ਤਾਂ ਲੋਕ ਉਹਨਾਂ ਦਾ ਸਤਿਕਾਰ ਕਰਨਗੇ, ਜੇ ਨਹੀਂ ਕਰਨਗੇ ਤਾਂ ਜਿੱਦਾਂ ਅੱਗੇ ਕਾਂਗਰਸ ਉੱਡੀ ਦੂਜੇ ਅਕਾਲੀ ਉੱਡੇ, ਲੋਕਾਂ ਨੇ 2 ਮਿੰਟ ਨਹੀਂ ਲਾਉਣੇ, ਭਾਵੇਂ ਮੈਂ ਵਿੱਚ ਹੋਵਾਂਗਾ, ਭਾਵੇਂ ਹੋਰ ਜਿੰਨੇ ਮਰਜ਼ੀ ਵੱਡੇ ਹੋਣ, ਕਿਉਂਕਿ ਪਬਲਿਕ ਹੁਣ ਜਾਗਰਤ ਹੋਈ ਹੈ, ਅਗਲੀ ਗੱਲ ਨਹੀਂ ਹੈਗੀ। ਹਾਂ ਸਮਾਂ ਹੈਗਾ, ਜੇ ਉਹ ਕਰਨ ਕੁਛ ਨਾ ਕੁਛ ਤਾਂ ਲੋਕ ਕੋਈ ਗੱਲ ਨਹੀਂ ਕਰ ਸਕਦੇ ਆ। ਸੋ ਬਾਕੀ ਇਹਨਾਂ ਨੇ ਬਹੁਤ ਸਿਆਣੀ ਗੱਲ ਕਹਿ ਦਿੱਤੀ ਹੈ ਵੀ ਹੁਣ ਲੋਕ ਜਾਗਰੂਕ ਹੋ ਗਏ ਆ, ਹੁਣ ਜ਼ਮਾਨਾ ਡਿਜੀਟਲ ਹੋ ਗਿਆ, ਹੁਣ ਉਹੀ ਲੀਡਰ ਰਾਜ ਕਰੂਗਾ, ਉਹੀ ਲੀਡਰ ਜਿੱਤੂਗਾ ਜਿਹੜਾ ਲੋਕਾਂ ਦੇ ਵਿੱਚ ਆਊਗਾ, ਦੁੱਖ ਸੁੱਖ ਉਹਨਾਂ ਨੇ ਸੁਣੇਗਾ, ਉਹ ਲੀਡਰ ਨਹੀਂ ਕਾਮਯਾਬ ਹੋਣਗੇ ਜਿਹੜੇ ਅਖਬਾਰਾਂ ਦੀਆਂ ਫੋਟੋਆਂ 'ਚ ਜਾਂ ਫੇਸਬੁੱਕ ਦੀਆਂ ਫੋਟੋਆਂ 'ਤੇ ਰਹਿਣਗੇ। ਅੱਜ ਤੁਸੀਂ ਦੇਖ ਲਿਆ ਵੀ ਇਸ ਤਰ੍ਹਾਂ ਜਿਹੜੇ ਕਿ ਬੰਨਾ 'ਤੇ ਸੇਵਾ ਕਰ ਰਹੇ ਆ ਸਾਰੀ ਟੀਮਾਂ, ਸੋ ਸਾਰਿਆਂ ਦਾ ਧੰਨਵਾਦ ਆ ਜਿਹੜੀ ਲੋਕਾਂ ਦੀ ਸੇਵਾ 'ਚ ਹਾਜ਼ਰ ਆ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਨ, TV ਸੁਲਤਾਨਪੁਰ ਲੋਧੀ।